ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਚੱਜ ਦਾ ਵਿਚਾਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰਾਈਮ ਏਸ਼ੀਆ ਟੀਵੀ ਦੇ ਉੱਪਰ ਤੁਸੀਂ ਵੇਖ ਰਹੇ ਹੋ, ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਪਲੇਨ ਪੱਧਰਾ ਝੱਗਾ ਪਾ ਕੇ ਸਰਦਾਰ ਸਰਨ ਸਿੰਘ ਕਾਨਾ ਜੀ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ। ਸਤਿ ਸ਼੍ਰੀ ਅਕਾਲ ਸਰ, ਤੇ ਮੇਰੇ ਵੱਲੋਂ ਵੀ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ। ਸਰ, ਆਹ ਜਿਹੜੀ ਕਮਾਲ ਘਰ ਛੋੜੀ ਆ ਨਾ, ਚੱਗੇ ਬੜੀ, ਮੈਂ ਸੱਚੀ ਕੀ ਕਮਾਲ, ਮੇਰੇ ਕੋਲ ਅਲਫਾਜ਼ ਹੀ ਮੁੱਕ ਗਏ ਨੇ ਵੀ ਤੁਸੀਂ ਇੰਨੀ ਦਿਲ ਤੇ ਗੱਲ ਲਾਈ ਵੀ ਡੱਬੀਆਂ ਹੀ ਤਿਆਗ ਛੱਡੀਆਂ ਨੇ। ਦੇਖੋ ਜੀ, ਗੱਲ ਇਹ ਆ ਵੀ ਕੋਈ ਬੰਦਾ ਨਸ਼ੇ ਤਿਆਗਦਾ, ਕੋਈ ਬੰਦਾ ਕੋਈ ਹੋਰ ਅਲਾਮਤ ਤਿਆਗਦਾ, ਕਿਸੇ ਔਗਣ ਨੂੰ ਛੱਡਦਾ। ਦੇਖੋ, ਮੈਂ ਆਖਿਆ ਵੀ ਇੱਕ ਤਾਂ ਆਪਣੇ ਜਿਹੜੇ ਕੈਮਰਾਮੈਨ ਸਾਥੀ ਆ ਅਸ਼ਵਨੀ ਜੀ, ਉਹ ਵੀ ਕਹਿੰਦੇ ਸੀ ਵੀ ਡੱਬੀ ਦੇ ਵਿੱਚੋਂ ਇੱਕ ਹੋਰ ਡੱਬੀ ਨਿਕਲੇ ਆਉਂਦੀ ਹੈ ਕੈਮਰੇ 'ਚ, ਜਿੱਟਰ ਕਰਦੀ ਹੈ, ਜਿੱਟਰ ਕਰਦੀ ਹੈ। ਮੈਂ ਆਖਿਆ ਵੀ ਇਹ ਕੋਈ ਸਾਡੇ ਪਿੰਡ ਵਾਲਾ ਜੰਟਾ, ਕੋਈ ਮੰਟਾ, ਕੋਈ ਹਨੇ ਦਾ ਹੋਇਆ, ਇਹ ਜਿੱਟਰ ਕੱਢਦੇ ਸੀ ਵਿੱਚੋਂ। ਮੈਂ ਆਖਿਆ ਵੀ ਫਿਰ ਜਦੋਂ ਗੱਲ ਹੀ ਨਿਬੇੜਨੀ ਹੈ ਨਾ ਆਪਾਂ ਫਿਰ ਇਹਨੂੰ ਪੱਧਰੀ ਕਰ ਲਿਆ। ਬਿਲਕੁਲ ਸਹੀ, ਡੱਬੀ ਲਿਸ ਹੋ ਗਿਆ, ਡੱਬੀ ਗਾਇਬ। ਨਹੀਂ ਪਰ ਮੈਂ ਹਨਾ ਇੱਕ ਚੀਜ਼ ਦਾ ਮੈਨੂੰ ਨਾ ਉਹ ਹੈ ਉਲਾਮਾ ਆਪਣੇ ਦਰਸ਼ਕਾਂ ਦੇ ਨਾਲ। ਮੈਨੂੰ ਕਈਆਂ ਨੇ ਕਿਹਾ ਸੀ ਵੀ ਜਿੱਦਣ ਟਹਿਣਾ ਸਾਹਿਬ ਪੱਧਰਾ ਝੱਗਾ ਪਾ ਲੈਣਗੇ ਅਸੀਂ ਪਾਰਟੀ ਦੇਵਾਂਗੇ, ਪਰ ਹਾਲੇ ਤਾਈਂ ਮੇਰੇ ਤੇ ਪਾਰਟੀ ਕੋਈ ਪਹੁੰਚੀ ਨਹੀਂ ਆ। ਦੇਖੋ ਜੀ, ਇਹ ਤਾਂ ਗੱਲ ਵਾਦਾ ਨਾ, ਜਿਹੜਾ ਉਹ ਕੁੜੀ ਨਾਲ ਵਾਦਾ ਕੀਤਾ ਤੁਸੀਂ ਉਹ ਨਿਭਾਓ ਜ਼ਰੂਰ, ਤੇ ਮੇਰਾ ਕੀ ਹੈ, ਮੈਂ ਤਾਂ ਜਦੋਂ ਤੁਸੀਂ ਕਹੋਗੇ ਜਿਵੇਂ ਕਹੋਗੇ ਉਵੇਂ ਆ ਜਾਊਂਗਾ। ਬਾਕੀ ਚਲੋ, ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਕਰ ਲਈ ਹੈ, ਸੋ ਸਭ ਤੋਂ ਪਹਿਲਾਂ ਚੱਜ ਦੇ ਵਿਚਾਰ ਦੀ ਸਾਂਝ। ਬਿਲਕੁਲ ਬਿਲਕੁਲ ਜੀ, ਤੇ ਮੈਂ ਨਾ ਚੱਜ ਦਾ ਵਿਚਾਰ ਜਿਹੜਾ, ਕਿਉਂਕਿ ਜਦੋਂ ਆ ਹੁੰਦਾ ਨਾ ਦੋ ਜਣਾਂ ਦੀਆਂ ਛੁੱਟੀਆਂ ਕੱਟ ਕੇ ਆਉਂਦੇ ਆ ਸ਼ਨੀ ਤੇ ਐਤਵਾਰ ਦੀਆਂ, ਉਸ ਤੋਂ ਬਾਅਦ ਇਹਨਾਂ ਦੋ ਦਿਨਾਂ ਦੇ ਵਿੱਚ ਮੈਂ ਪੜ੍ਹਦਾ ਕਾਫੀ ਹੁੰਦਾ। ਓਕੇ, ਐਤਕੀ ਮੈਂ ਇੱਕ ਤਾਂ ਪੜ੍ਹਨੀ ਸ਼ੁਰੂ ਕੀਤੀ ਆ ਹਿਟਲਰ ਦੀ ਸਵੈ ਜੀਵਨੀ। ਕੀ ਬਾਤ ਹੈ, ਹਿਟਲਰ ਆ ਜਿਹੜਾ, ਹਾਂਜੀ, ਉਹਨੇ ਆਪਣੇ ਬਾਰੇ ਕੀ ਲਿਖਿਆ, ਆਪਣੇ ਸੁਭਾਅ ਬਾਰੇ ਕੀ ਲਿਖਿਆ। ਓਕੇ, ਇੱਕ ਮੈਂ ਪੜ੍ਹਿਆ ਇੰਟਰਨੈਟ ਦੇ ਉੱਤੇ, ਉਹਦੇ ਤੇ ਸੀਗਾ ਮੁਹੰਮਦ ਅਲੀ ਜਿਨਾਹ ਬਾਰੇ। ਹਾਂਜੀ, ਮੁਹੰਮਦ ਅਲੀ ਜਿਨਾਹ ਪਾਕਿਸਤਾਨ ਦੇ ਸੰਸਥਾਪਕ ਆਪਾਂ ਜਾਣਦੇ ਹਾਂ, ਉਹਨਾਂ ਦੀ ਧੀ ਸੀ ਜਿਹੜੀ ਡੀਨਾ, ਉਹਨਾਂ ਦੇ ਬਾਰੇ ਪੜ੍ਹਿਆ, ਔਰੰਗਜ਼ੇਬ ਦੇ ਬਾਰੇ ਵੀ ਪੜ੍ਹਿਆ। ਆਹ ਜਿਹੜੇ ਦੋ ਦਿਨ ਆ ਨਾ ਮੈਂ ਲਾ ਕੇ ਆਇਆ ਪਿੰਡ ਟਹਿਣੀ। ਕੀ ਬਾਤ ਹੈ, ਤੇ 3 ਘੰਟੇ ਦਾ ਸਫ਼ਰ ਇੱਕ ਪਾਸੇ ਹੈ, 3 ਘੰਟੇ ਦਾ ਇੱਕ ਪਾਸੇ, ਇਹ 6 ਘੰਟੇ ਫਿਰ ਮੈਂ ਕਿਤਾਬਾਂ ਨਾਲ ਆਪਣੀ ਮਿੱਤਰਤਾ ਨਿਭਾਈ। ਵਾਹ, ਤੇ ਜਦੋਂ ਮੇਰਾ ਸਿਰ ਜਾ ਘੁੰਮਣ ਲੱਗ ਜਾਂਦਾ ਸੀ ਫਿਰ ਮੈਂ ਬੰਦ ਕਰ ਲੈਂਦਾ ਸੀ ਕਿਤਾਬ, ਤੇ ਉਦਾਂ ਮੈਂ ਕਿਤਾਬ ਪੜ੍ਹਦਾ ਜਾਂਦਾ ਸੀ। ਕੀ ਬਾਤ ਹੈ, ਤੇ ਮੈਨੂੰ ਸਫ਼ਰ ਦਾ ਫਾਇਦਾ ਹੋ ਗਿਆ। ਹਾਂ ਬਿਲਕੁਲ, ਤੇ ਜਿਹੜਾ ਚੱਜ ਦਾ ਵਿਚਾਰ ਹੈ ਨਾ ਉਹ ਇਹ ਆ ਕਿ ਬੰਦੇ ਨੂੰ ਨਾ ਸੌਖੇ ਵੇਲੇ ਦੇ ਵਿੱਚ ਔਖਾ ਵੇਲਾ ਨਹੀਂ ਭੁੱਲਣਾ ਚਾਹੀਦਾ। ਬਿਲਕੁਲ ਸਹੀ, ਜਦੋਂ ਸਾਡੇ ਤੇ ਚੰਗਾ ਵੇਲਾ ਆ ਜਾਂਦਾ, ਜਿਹੜੀਆਂ ਕਠਿਨਾਈਆਂ ਨੇ, ਜਿਹੜੀਆਂ ਮੁਸ਼ਕਲਾਂ ਨੇ, ਉਹ ਸਾਨੂੰ ਜ਼ਮੀਨ ਦੇ ਨਾਲ ਜੁੜੇ ਰਹਿਣ ਵਾਸਤੇ ਪ੍ਰੇਰਿਤ ਵੀ ਕਰਦੀਆਂ। ਬਿਲਕੁਲ, ਤੇ ਚੰਗੇ ਦਿਨ ਆ ਜਾਂਦੇ ਆ, ਚੰਗੇ ਦਿਨ ਮੋਦੀ ਵਾਲੇ ਤਾਂ ਨਹੀਂ ਆਉਂਦੇ, ਉਦਾਂ ਚੰਗੇ ਦਿਨ ਬੰਦੇ ਦੇ ਉੱਤੇ ਆ ਜਾਂਦੇ ਆ, ਬਸ਼ਰਤੇ ਬੰਦੇ ਦੀ ਸੋਚ ਉੱਚੀ ਤੇ ਸੁੱਚੀ ਹੋਵੇ। ਬਿਲਕੁਲ, ਜਦੋਂ ਅਸੀਂ ਕਾਮਯਾਬੀ ਦੇ ਸਿਖਰ ਦੇ ਉੱਤੇ ਹੁੰਦੇ ਆ, ਸਾਨੂੰ ਆਪਣੀ ਜ਼ਮੀਨ ਦੇ ਨਾਲੋਂ ਟੁੱਟਣਾ ਨਹੀਂ ਚਾਹੀਦਾ, ਤੇ ਇਹ ਸੋਚਣਾ ਚਾਹੀਦਾ ਕਿ ਅਸਮਾਨ ਦੇ ਵੱਲ ਜਿੰਨੀ ਮਰਜ਼ੀ ਉੱਚੀ ਉਡਾਰੀ ਵੱਜ ਜੇ, ਜਹਾਜ਼ ਦੇਖੋ ਬੱਦਲਾਂ 'ਚ ਲੁਕ ਜਾਂਦਾ, ਗਾਂ ਦੀ ਗਾਂ ਦੀ ਗਾਂ ਦੀ ਤਾਂ ਦੀ ਤਾਂ ਚਲਾ ਜਾਂਦਾ, ਪਰ ਇੱਕ ਨਾ ਇੱਕ ਦਿਨ ਉਹਨੇ ਧਰਤੀ ਦੇ ਉੱਤੇ ਆ ਕੇ ਉਹਦੇ ਟਾਇਰ ਲੱਗਣੇ ਆ। ਬਿਲਕੁਲ, ਉਹਦਾ ਤੇਲ ਮੁੱਕਣਾ ਹੀ ਮੁੱਕਣਾ। ਤੁਸੀਂ ਵੇਖੋ, ਜਿੰਨਾ ਮਰਜ਼ੀ ਉੱਚਾ ਰੁੱਖ ਕਿਉਂ ਨਾ ਹੋਵੇ, ਉਹਦੀਆਂ ਜੜ੍ਹਾਂ ਜ਼ਮੀਨ 'ਚ ਹੀ ਹੁੰਦੀਆਂ। ਬਿਲਕੁਲ ਦਰੁਸਤ, ਤੁਸੀਂ ਸਰੂ ਦਾ ਬੂਟਾ ਦੇਖਿਆ? ਨਹੀਂ। ਇੱਕ ਗਾਣਾ ਹੁੰਦਾ ਸੀ ਪੁਰਾਣਾ, ਸਰੂ ਜਿੱਦਾਂ, ਨਹੀਂ ਮੈਂ ਸਰੂ ਨੂੰ ਕਲਾਵੇ ਵਿੱਚ ਲੈ ਲਿਆ ਆਪਣਾ ਪਿਆਰਾ ਜਾਣ ਕੇ। ਓਏ ਹੋਏ ਹੋਏ, ਐਸੀ ਕਲਾਤਮਕਤਾ ਸੀ ਉਸ ਗਾਣੇ ਦੇ ਵਿੱਚ। ਹਾਂ ਬਿਲਕੁਲ, ਉਹ ਜਿਹੜਾ ਨਾ ਜਿਹੜਾ ਹੁੰਦਾ ਦਰਖਤ, ਉਹ ਬਿਲਕੁਲ ਸਫਾਇਦਾ ਵੀ ਕਦੇ ਨਾ ਕਦੇ ਵਲਵਿੰਗ ਪਾ ਲੈਂਦਾ, ਪਰ ਉਹ ਸਰੂ ਦਾ ਜਿਹੜਾ ਬੂਟਾ ਉਹ ਸਿੱਧਾ ਜਾਂਦਾ ਹੈ ਗਜ ਵਾਂਗੂ। ਅੱਛਾ, ਉਹਦੀ ਕੋਈ ਛਾਂ ਨਹੀਂ ਹੁੰਦੀ, ਐਂਡ ਦੇ ਉੱਤੇ ਅਖੀਰ ਦੇ ਉੱਤੇ ਜਾ ਕੇ ਉਹਦੇ ਤੇ ਮਾੜੀ ਜੀ ਛਤਰੀ ਜੀ ਹੁੰਦੀ ਆ, ਕਮਾਲ ਦਾ ਬੂਟਾ ਹੁੰਦਾ, ਤੇ ਉਹਦੇ ਤੋਂ ਵੀ ਸਿੱਖਿਆ ਲੈਣੀ ਚਾਹੀਦੀ ਆ ਵੀ ਉਹ ਜਿੰਨਾ ਮਰਜ਼ੀ ਉੱਚਾ, ਜਿੰਨਾ ਮਰਜ਼ੀ ਸਿੱਧਾ, ਪਰ ਉਹਦੀਆਂ ਜੜ੍ਹਾਂ ਜ਼ਮੀਨ ਦੇ ਨਾਲ। ਹਰਮਨ ਜੀ, ਪਿਛਲੇ ਦਿਨੀ ਨਾ ਸੋਸ਼ਲ ਮੀਡੀਆ ਦੇ ਉੱਤੇ ਤੇ ਜਿਹੜੇ ਅਖਬਾਰਾਂ ਦੇ ਵਿੱਚ ਵੀ ਗੀਤ ਬਰਾੜ ਨਾਂ ਦੀ ਇੱਕ ਕੁੜੀ ਦੇ ਕਤਲ ਦੀ ਖਬਰ ਆਈ ਆ। ਬਿਲਕੁਲ, ਗੀਤ ਬਰਾੜ, ਜਿਨ੍ਹਾਂ ਦਾ ਪੂਰਾ ਨਾਮ ਮੈਨੂੰ ਲੱਗਦਾ ਨਵਗੀਤ ਬਰਾੜ ਸੀ। ਬਿਲਕੁਲ, ਤੇ ਗੀਤ ਬਰਾੜ ਆ ਨਾ ਜਿਹੜੀ, ਉਹ ਕੁੜੀ ਛੋਟੀ ਉਮਰ ਦੀ ਸੀ, ਬਿਲਕੁਲ ਜਵਾਨ ਉਮਰੇ ਸੀ, ਤੇ ਜਿਸ ਤਰੀਕੇ ਦੇ ਨਾਲ ਉਹਦਾ ਕਤਲ ਕੀਤਾ ਗਿਆ ਤੇ ਜੋ ਜੋ ਉਹਦੇ ਨਾਲ ਤਰੀਕਾ ਅਪਣਾਇਆ ਗਿਆ, ਬਿਲਕੁਲ ਸਹੀ, ਇਹ ਸੱਚੀ ਮੁੱਚੀ ਚੇਤੇ ਕਰਦਿਆਂ ਨਾ ਮੈਨੂੰ ਇਹ ਜਾਪਦਾ ਵੀ ਮੇਰੇ ਕਿਸੇ ਪਰਿਵਾਰਕ ਮੈਂਬਰ ਦੇ ਉੱਤੇ ਹਮਲਾ ਹੋਇਆ, ਬਿਲਕੁਲ ਮੇਰੀ ਭੈਣ ਦੇ ਉੱਤੇ ਹਮਲਾ ਹੋਇਆ, ਸਹੀ ਕਹਿ ਰਹੇ ਹੋ, ਮੇਰੇ ਕਿਸੇ ਸਕੇ ਸੰਬੰਧੀ, ਮੇਰੇ ਨਾਲ ਕੰਮ ਕਰਦੀ ਕੁੜੀ ਚਿੜੀ ਦੇ ਉੱਤੇ ਹਮਲਾ ਹੋਇਆ।
ਕਿਉਂਕਿ ਅਸੀਂ ਇਸ ਫੀਲਡ ਦੇ ਨਾਲ ਸੰਬੰਧਿਤ ਹਾਂ, ਇਸ ਕਾਰੋਬਾਰ ਦੇ ਨਾਲ, ਇਸ ਕੰਮ ਦੇ ਨਾਲ ਜੁੜੇ ਹੋਏ ਹਾਂ। ਹਾਲਾਂਕਿ ਮੈਂ ਪਰਸਨਲੀ ਉਹਨਾਂ ਨੂੰ ਨਹੀਂ ਸੀ ਜਾਣਦੀ ਗੀਤ ਬਰਾੜ ਨੂੰ, ਪਰ ਜਿੰਨਾ ਕੁ ਮੈਂ ਉਹਨਾਂ ਬਾਰੇ ਪੜ੍ਹਿਆ, ਜਿੰਨੇ ਕੁ ਲੋਕਾਂ ਦੇ ਕਮੈਂਟ ਸਾਹਮਣੇ ਆਏ, ਵਿਊ ਸਾਹਮਣੇ ਆਏ, ਜਾਂ ਜੋ ਕੁਝ ਵੀ ਵਾਪਰਿਆ, ਉਹ ਪੜ੍ਹਨ ਤੋਂ ਬਾਅਦ ਵਾਕਈ ਬਹੁਤ ਦੇਖੋ ਪੰਜਾਬ ਦੇ ਵਿੱਚ ਇੱਕ ਛੋਟਾ ਜਿਹਾ ਖੇਤਰ ਆ ਇਹ, ਜਿਹੜਾ ਛੋਟੀ ਜਿਹੀ ਸਨਅਤ ਆ ਇਹ, ਜਿਹੜੀ ਫਿਲਮੀ ਖੇਤਰ ਦੀ, ਜਿਹਨੂੰ ਅਸੀਂ ਗਲੈਮਰ ਦੀ ਦੁਨੀਆ ਕਹਿੰਦੇ ਹਾਂ, ਬਿਲਕੁਲ ਸਹੀ, ਉਹਦੇ ਵਿੱਚ ਕੋਰੀਓਗ੍ਰਾਫਰ ਵੀ ਆ, ਉਹਦੇ ਵਿੱਚ ਕੈਮਰਾਮੈਨ ਵੀ ਆ, ਉਹਦੇ ਵਿੱਚ ਉਹ ਸਟੰਟਮੈਨ ਵੀ ਆ, ਉਹਦੇ ਵਿੱਚ ਮੇਕਅਪ ਕਰਨ ਵਾਲੇ ਵੀ ਆ, ਉਹਦੇ ਵਿੱਚ ਪਿੱਠਵਰਤੀ ਕਲਾਕਾਰ ਹੋਰ ਵੀ ਬੜੇ ਆ। ਬਿਲਕੁਲ ਸਹੀ ਆ। ਇਹ ਗੀਤ ਬਰਾੜ ਵਰਗੀਆਂ ਕੁੜੀਆਂ ਨੇ ਜਿਹੜੀਆਂ, ਉਹ ਮੈਂ ਤਾਂ ਸੋਚਦਾ ਵੀ ਸਾਡਾ ਮਾਣ ਆ, ਕਿਉਂਕਿ ਇਸ ਖੇਤਰ ਦੇ ਵੱਲ ਜਾਣਾ ਕਿਸੇ ਵੇਲੇ ਇਹ ਸਮਝਿਆ ਜਾਂਦਾ ਸੀ ਕਿ ਇੱਜ਼ਤਦਾਰ ਲੋਕਾਂ ਦਾ ਕੰਮ ਨਹੀਂਗਾ, ਪਰ ਮਿੱਥ ਤੋੜੀ ਆ ਇਹਨਾਂ ਕੁੜੀਆਂ ਨੇ, ਤੇ ਜਿਹੜੀਆਂ ਕੁੜੀਆਂ ਨੇ ਕਿਸੇ ਵੀ ਖੇਤਰ ਦੇ ਵਿੱਚ ਨਵਾਂ ਕੋਈ ਇਹੋ ਜਿਹਾ ਕੀਰਤੀਮਾਨ ਸਥਾਪਿਤ ਕੀਤਾ, ਉਹਨਾਂ ਨੂੰ ਸਲਾਮ ਕਰਨੀ ਬਣਦੀ ਆ। ਗੀਤ ਬਰਾੜ ਦਾ ਕਤਲ ਕੀਤਾ ਉਸ ਬੰਦੇ ਨੇ ਜਿਹਨੇ ਉਹ ਤੋਂ ਉਧਾਰੇ ਪੈਸੇ ਲਏ ਸੀ, ਸਿਰਫ ਪੈਸਿਆਂ ਕਰਕੇ 20-22 ਲੱਖ ਰੁਪਇਆ ਹੌਲੀ ਹੌਲੀ ਆ ਜਿਹੜਾ ਉਹ ਲਈ ਗਿਆ। ਆਸਟ੍ਰੇਲੀਆ ਦੇ ਵਿੱਚ ਮਨਜੀਤ ਥਿੰਦ ਨਾਂ ਦਾ ਇੱਕ ਮੁੰਡਾ ਰਹਿੰਦਾ ਸੀ, ਬਿਲਕੁਲ ਸਹੀ, ਉਹ ਆਸਟ੍ਰੇਲੀਆ ਦੇ ਵਿੱਚੋਂ ਵੀ ਕਈ ਲੋਕਾਂ ਦੇ ਪੈਸੇ ਲੈ ਕੇ ਭੱਜਿਆ, ਇੱਧਰ ਆ ਕੇ ਉਹ ਕਿਉਂਕਿ ਕੈਮਰਾਮੈਨ ਆ ਉੱਥੇ, ਇੱਧਰ ਆ ਕੇ ਵੀ ਉਹ ਕੈਮਰਾਮੈਨ ਆ ਜਿਹੜਾ ਤੋਪ ਜਿਹੜਾ ਕੈਮਰਾ ਚੱਕੀ ਫਿਰਦਾ ਹੁੰਦਾ ਸੀ, ਤੇ ਉਹ ਜਿਹੜਾ ਇਸ ਕੁੜੀ ਦੇ ਨਾਲ ਸੰਪਰਕ ਦੇ ਵਿੱਚ ਵੀ ਸੀਗਾ ਪਿਛਲੇ ਕਈ ਵਰਿਆਂ ਤੋਂ, ਹੌਲੀ ਹੌਲੀ ਪੈਸੇ ਲੈ ਕੇ ਖਾਈ ਗਿਆ, ਤੇ ਜਦੋਂ ਉਹਨੇ ਪੈਸੇ ਮੰਗੇ ਆਪਣੇ ਵਾਪਸ, ਤੇ ਫਿਰ ਉਸ ਦੇ ਵੱਲੋਂ ਕਤਲ ਕਰਨ ਦੀ ਵਿਉਂਤਾ ਜਿਹੜੀ ਉਹ ਉਲੀਕੀ ਗਈ। ਪਤਾ ਨਹੀਂ ਕਿਉਂ ਸਾਡੇ ਲੋਕਾਂ ਦੇ ਮਨਾਂ ਦੇ ਵਿੱਚ, ਮੈਂ ਤਾਂ ਸੋਚਦਾ ਹਰਮਨ ਜੀ, ਮੈਂ ਇਹ ਸੋਚਦਾ ਕਿ ਪੰਜਾਬ ਦੇ ਵਿੱਚ ਨਾ ਬੰਦੇ ਨੂੰ ਬੰਦਾ ਮਾਰ ਦਿੰਦਾ ਕਿੰਨੀ ਖੇਡ ਬਣ ਗਈ ਆ। ਉਹੀ ਗੱਲ ਹੈ ਵੀ ਪਤਾ ਨਹੀਂ ਡਰ ਖੌਫ, ਅਸੀਂ ਨਾ ਅਸੀਂ ਜਦੋਂ ਅਸੀਂ ਕੀੜਿਆਂ ਦਾ ਭੌਣ ਹੁੰਦਾ ਨਾ, ਉਹਦੇ ਉੱਤੇ ਪੈਰ ਧਰ ਕੇ ਲੰਘਣ ਵੇਲੇ 100 ਵਾਰੀ ਸੋਚਦੇ ਆ ਵੀ ਯਾਰ ਇਹਨਾਂ ਦਾ ਵਿਚਾਰਿਆਂ ਦਾ ਕਸੂਰ ਕੀ ਆ। ਬਿਲਕੁਲ ਸਹੀ, ਅਸੀਂ ਜੇ ਸਿੱਧੇ ਜਾਂਦੇ ਆ ਵਲ ਪਾ ਕੇ ਲੰਘ ਲੈਂਦੇ ਆ, 2-4 ਕੀੜੇ ਬਚ ਜਾਣਗੇ, ਪਰ ਬੰਦਾ ਬੰਦੇ ਨੂੰ ਮਾਰ ਦਿੰਦਾ ਇੰਨੀ ਬੇਸ਼ਰਮੀ ਨਾਲ ਮਾਰਦਾ, ਉਹ ਵੀ ਉਸ ਬੰਦੇ ਨੂੰ ਜਿਹਨੇ ਔਖੇ ਵੇਲੇ ਦੇ ਵਿੱਚ ਹਾਂ ਤੁਹਾਡੀ ਮਦਦ ਕੀਤੀ, ਪੈਸੇ ਆ ਨਾ ਜਿਹੜੇ ਜਿਹੜੇ ਪੈਸੇ ਦੇਣੇ ਕਿਸੇ ਨੂੰ, ਰਿਸ਼ਤੇਦਾਰੀ ਦੇ ਵਿੱਚ ਵੀ, ਬਿਲਕੁਲ ਇਹ ਰਿਸ਼ਤੇਦਾਰੀ ਤੋੜਨ ਵਾਲੀ ਗੱਲ ਹੁੰਦੀ ਹੈ, ਪੈਸਾ ਤਾਂ ਵੈਸੇ ਹੀ ਫਸਾਦ ਦੀ ਜੜ੍ਹ ਹੈ। ਹਾਂ ਬਿਲਕੁਲ ਸਹੀ ਗੱਲ, ਤੇ ਗੀਤ ਬਰਾੜ ਦਾ ਜਿਸ ਤਰੀਕੇ ਨਾਲ ਕਤਲ ਹੋਇਆ, ਹਾਂਜੀ, ਉਸ ਤੋਂ ਬਾਅਦ ਕਾਤਲ ਨੂੰ ਪੁਲਿਸ ਨੇ ਫੜ ਵੀ ਲਿਆ, ਅਗਲੀਆਂ ਕਈ ਗੱਲਾਂ ਕਈ ਖਬਰਾਂ ਵੀ ਆਉਣਗੀਆਂ, ਪਰ ਨਾ ਮੇਰੇ ਮਨ ਦੇ ਉੱਤੇ ਬੜੀ ਸੱਟ ਵੱਜੀ, ਤੇ ਕੁਝ ਕੁ ਜਿਹੜੇ ਉਹਦੇ ਹਮਖਿਆਲ ਦੋਸਤ ਆ, ਹਾਂਜੀ, ਗੀਤ ਦੇ, ਹਾਂਜੀ, ਉਹਨਾਂ ਦੇ ਬਾਰੇ ਆਪਾਂ ਅਗਲੀ ਕਿਸ਼ਤ 'ਚ ਗੱਲ ਕਰਦੇ ਹਾਂ। ਉਹਨਾਂ ਦੇ ਵੱਲੋਂ ਜਿਹੜਾ ਝੰਡਾ ਚੁੱਕਿਆ ਗਿਆ ਕਿ ਇਹੋ ਜਿਹੇ ਬਾਂਦਰਪੁਣਾ ਕਰਨ ਵਾਲੇ ਕਾਤਲ ਲੋਕਾਂ ਦੇ ਖਿਲਾਫ, ਉਹਨਾਂ ਦੀ ਵੀ ਸੋਚ ਨੂੰ, ਉਹਨਾਂ ਦੀ ਹਿੰਮਤ ਨੂੰ ਸਲਾਮ ਕਰਨੀ ਬਣਦੀ ਹੈ। ਬਿਲਕੁਲ, ਜੱਜ ਦਾ ਵਿਚਾਰ। ਪ੍ਰਾਈਮ ਏਸ਼ੀਆ ਟੀਵੀ ਨੂੰ ਤੁਸੀਂ ਆਸਟ੍ਰੇਲੀਆ, ਨਿਊਜ਼ੀਲੈਂਡ ਵਿੱਚ ਦੇਖ ਸਕਦੇ ਹੋ। ਰੀਅਲ ਟੀਵੀ ਚੈਨਲ ਨੰਬਰ 160 ਐਂਡ 361, ਲਾਈਵ ਟੀਵੀ ਚੈਨਲ ਨੰਬਰ 225, ਕਰੂਜ਼ ਟੀਵੀ ਚੈਨਲ ਨੰਬਰ 111, ਸ਼ਾਵਾ ਟੀਵੀ ਚੈਨਲ ਨੰਬਰ 399। ਵਾਚ ਅਸ ਵਰਲਡ ਵਾਈਡ ਔਨ ਯੱਪ ਟੀਵੀ, ਐਪਲ ਟੀਵੀ, ਸਮਾਰਟ ਟੀਵੀ, ਐਕਸਬਾਕਸ, PS4, ਐਮਾਜ਼ਾਨ ਫਾਸਟਿਕ, ਰੋਕੂ ਐਂਡ ਅਦਰ ਪਲੇਟਫਾਰਮਸ। ਤੁਸੀਂ ਆਪਣੇ ਐਪਲ ਜਾਂ ਐਂਡਰਾਇਡ ਫੋਨ ਵਿੱਚ ਸਾਡੀ ਐਪ ਵੀ ਡਾਊਨਲੋਡ ਕਰ ਸਕਦੇ ਹੋ। ਤੇ ਸਭ ਤੋਂ ਜ਼ਰੂਰੀ, ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਜੱਜ ਦਾ ਵਿਚਾਰ। ਹਰਮਨ ਜੀ, ਆਪਾਂ ਗੱਲ ਕਰਦੇ ਸੀ ਗੀਤ ਬਰਾੜ ਦੀ। ਗੀਤ ਬਰਾੜ ਦਾ ਮੇਕਅਪ ਆਰਟਿਸਟ ਸੀ, ਮੇਕਅਪ ਕਰਨ ਵਾਲੀ ਜਿਹੜੀ ਕਲਾਕਾਰ, ਐਂਡ ਮੇਕਅਪ ਦੇ ਵਿੱਚ ਬਹੁਤ ਜ਼ਿਆਦਾ ਮੁਹਾਰਤ ਹਾਸਲ ਸੀ, ਬਹੁਤ ਜ਼ਿਆਦਾ ਮੁਹਾਰਤ ਹਾਸਲ ਸੀ। ਮੈਂ ਉਹਦੀ ਵਿਚਾਰੇ ਦੇ ਫੇਸਬੁੱਕ ਦੇ ਸਫੇ ਦੇ ਉੱਤੇ ਬਹੁਤ ਸਾਰੀਆਂ ਤਸਵੀਰਾਂ ਦੇਖੀਆਂ। ਬਿਲਕੁਲ, ਉਹਨਾਂ ਤਸਵੀਰਾਂ ਦੇ ਵਿੱਚ ਉਹ ਕਦੇ ਕਿਸੇ ਕਲਾਕਾਰ ਦੇ ਨਾਲ ਆ, ਕਦੇ ਕਿਸੇ ਕਲਾਕਾਰ ਦੇ ਨਾਲ ਆ। ਦੇਖੋ, ਮੈਂ ਉਹਨਾਂ ਮਿਹਨਤੀ ਲੋਕ ਆ ਨਾ ਜਿਹੜੇ, ਉਹਨਾਂ ਦੀ ਕਦਰ ਕਰਨਾ ਸਰ ਸਾਰੇ ਕਰਦੇ ਆ। ਸਭ ਤੋਂ ਵੱਡੀ ਚੀਜ਼ ਤਾਂ ਇਹ ਹੈ ਕਿ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਨਿਕਲ ਕੇ ਕੁੜੀਆਂ ਦਾ ਇੱਦਾਂ ਅੱਗੇ ਵਧਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਉਹਨਾਂ ਦੇ ਮੈਂ ਕਹਿੰਦੀ ਆ ਵੀ ਘਰਦਿਆਂ ਨੂੰ ਵੀ ਸਲਾਮ ਬਣਦੀ ਹੈ, ਜਿਨ੍ਹਾਂ ਨੇ ਆਪਣੀ ਕੁੜੀ ਨੂੰ ਇੰਨਾ ਸਪੋਰਟ ਕੀਤਾ, ਇੰਨਾ ਉਹਨਾਂ ਦਾ ਸਾਥ ਦਿੱਤਾ, ਉਸ ਕੁੜੀ ਨੇ ਇੰਨੀ ਮਿਹਨਤ ਕੀਤੀ, ਇੰਨਾ ਅੱਗੇ ਵਧੀ, ਇੰਨਾ ਨਾਮਣਾ ਖੱਟਿਆ। ਪਰ ਮੈਂ ਕਹਿੰਦੀ ਆ ਲਾਨਤ ਹੈ ਇਹੋ ਜਿਹੇ ਲੋਕਾਂ ਦੀ। ਹੋਰ ਗੱਲ ਵੀ ਹੈ, ਪੰਜਾਬ ਦੇ ਵਿੱਚ ਜਣਾ ਖਣਾ ਹਥਿਆਰ ਚੱਕੀ ਫਿਰਦਾ, ਹਾਂ ਇਹ ਲਾਨਤ ਹੈ। ਸਕੂਲਾਂ ਕਾਲਜਾਂ ਦੇ ਵਿੱਚ ਜਾਣ ਵਾਲੇ ਜਿਹੜੇ ਵਿਦਿਆਰਥੀ ਹੈ ਨਾ, ਉਹਨਾਂ ਦੇ ਡੱਬ ਦੇ ਵਿੱਚ ਰਿਵਾਲਵਰ ਤੁੰਨੇ ਹੁੰਦੇ ਆ, ਪਿਸਤੌਲ ਪਾਏ ਹੁੰਦੇ ਆ, ਉਹ ਗੋਲੀਆਂ ਚਲਾਉਣ ਨੂੰ ਗੈਰਤ ਦਾ ਕੰਮ ਸਮਝਦੇ ਆ। ਖੇਡ ਬਣਾ ਰੱਖੀ ਹੈ, ਉਹਨਾਂ ਨੇ ਖੇਡ ਬਣਾ ਲਈ ਆ। ਪਰ ਜਿਹੜੀ ਗੀਤ ਦੀਆਂ ਸਾਥਣਾ, ਕੁਝ ਕੁੜੇ ਸਾਥੀ ਜਿਹਦੇ ਵਿੱਚ ਇੱਕ ਜੱਸੀ ਸੰਘਾ ਕੁੜੀ ਵੀ ਆ, ਉਹਨਾਂ ਦੇ ਵੱਲੋਂ ਨਾ ਮਿਲ ਕੇ ਇੱਕ ਤਾਂ ਹੁਣ ਮੋਮਬੱਤੀ ਮਾਰਚ ਕੱਢਿਆ ਗਿਆ, ਉਹਨਾਂ ਦੇ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਉਹਨੂੰ, ਤੇ ਨਾਲ ਹੀ ਨਾ ਉਹਨਾਂ ਲੋਕਾਂ ਦੇ ਵੱਲੋਂ ਮਿਲ ਕੇ ਇੱਕ ਗਰੁੱਪ ਬਣਾਇਆ ਗਿਆ। ਉਸ ਗਰੁੱਪ ਦੇ ਉੱਤੇ ਹੁਣ ਤੱਕ ਹਜ਼ਾਰਾਂ ਲੋਕ ਜੁੜ ਚੁੱਕੇ ਆ। ਇਸ ਗਰੁੱਪ ਦੇ ਜ਼ਰੀਏ ਯੂਟਿਊਬ ਦੇ ਉੱਤੇ ਜਿਹੜੇ ਵੀ ਲੱਚਰ, ਜਿਹੜੇ ਵੀ ਦੋ ਅਰਥੇ, ਜਿਹੜੇ ਵੀ ਹਿੰਸਕ, ਜਿਹੜੇ ਵੀ ਮਾਰ ਧਾੜ ਕਰਨ ਵਾਲੇ ਕਲਾਕਾਰਾਂ ਦੇ ਗੀਤ ਆ, ਉਹਨਾਂ ਨੂੰ ਅਸੀਂ ਰਿਪੋਰਟ ਕਰ ਸਕਦੇ ਹਾਂ ਯੂਟਿਊਬ ਦੇ ਉੱਤੇ। ਠੀਕ ਆ, ਇਹਨਾਂ ਦੇ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੁੜਨਾ ਚਾਹੀਦਾ। ਤੇ ਉਹਨਾਂ ਨੇ ਪਹਿਲਾ ਨਿਸ਼ਾਨਾ ਮਿੱਥਿਆ ਹੈਗਾ ਮਨਕੀਰ ਤੌਲਕ, ਜੇਲ੍ਹਾਂ ਵਿੱਚੋਂ ਫੋਨ ਆਉਣਗੇ, ਗੈਂਗਸਟਰ ਆ ਜਿਹੜੇ ਪੰਜਾਬ, ਮੈਂ ਸਵੇਰੇ ਸੁਣਿਆ ਇੱਕ ਲੰਡਰ ਗਰੁੱਪ
ਸ਼ਰੀਫ ਖਵਾਉਣ ਦੇ ਵਿੱਚ ਮਾਣ ਮਹਿਸੂਸ ਦੇ ਸੀ, ਬਿਲਕੁਲ ਹੁਣ ਗੁੰਡੇ ਖਵਾਉਣ ਦੇ ਵਿੱਚ ਮਾਣ ਮਹਿਸੂਸ ਦੇ ਸੀ। ਤੁਸੀਂ ਵੇਖੋ ਕਿ ਪਹਿਲਾਂ ਜੇ ਕਿਸੇ ਨੂੰ ਕੋਈ ਗਾਲ ਵੀ ਕੱਢ ਦਿੰਦਾ ਸੀ ਹਨਾ, ਤੇ ਉਹ ਬੜਾ ਐ ਲੱਗਦਾ ਸੀ ਵੀ ਇਹ ਸਾਡੀ ਇੱਜ਼ਤ ਦੇ ਉੱਪਰ ਹਮਲਾ ਹੈ, ਬਹੁਤ ਗਲਤ ਗੱਲ ਹੈ ਹਨਾ। ਜੇ ਕਿਤੇ ਇਦਾਂ ਦੀਆਂ ਚੀਜ਼ਾਂ ਦੇ ਨਾਲ ਜੇ ਕਿਤੇ ਪੁਲਿਸ ਵਾਲਿਆਂ ਨੇ ਘਰੇ ਆ ਜਾਣਾ, ਜੇ ਕਿਤੇ ਹਥਿਆਰਾਂ ਨਾਲ ਨਾ ਜੁੜ ਜਾਣਾ, ਤੇ ਇਹਨੂੰ ਬੜਾ ਆਪਣੇ ਮਾਣ ਦੇ ਖਿਲਾਫ ਮੰਨਿਆ ਜਾਂਦਾ ਸੀ। ਪਰ ਅੱਜ ਕੱਲ ਦੇ ਟਾਈਮ 'ਚ ਇਹਨੂੰ ਟੌਰ ਮੰਨਿਆ ਜਾਂਦਾ ਵੀ ਸਾਡੇ ਤਾਂ ਪੁਲਿਸ ਆਉਂਦੀ ਹੈ ਚੱਕਣ, ਸਾਡੇ ਤਾਂ ਰਾਤ ਨੂੰ ਛਾਪਾ ਪੈ ਗਿਆ, ਦਿਨੇ ਪੈ ਗਿਆ, ਅਸੀਂ ਹਥਿਆਰ ਰੱਖੇ ਹੋਏ ਨੇ, ਅਸੀਂ ਵੱਢ ਦਈਦਾ, ਅਸੀਂ ਚੱਕ ਦਈਦਾ, ਅਸੀਂ ਕਿਸੇ ਨੂੰ ਡਰਦੇ ਨਹੀਂ। ਕਮ ਔਨ, ਤੁਸੀਂ ਕੀ ਪ੍ਰੂਵ ਕਰਨਾ ਚਾਹੁੰਦੇ ਹੋ? ਮੈਨੂੰ ਇਹ ਅੱਜ ਤੱਕ ਨਹੀਂ ਸਮਝ। ਇੱਕ ਜਿਹੜਾ ਤਾਲਿਬਾਨੀ ਗਾਇਕ ਜਿਹਾ ਹੈਗਾ, ਉਹ ਵੇਸ਼ਭੂਸ਼ਾ 'ਚ ਬਣਾ ਕੇ ਉਵੇਂ ਰੱਖਦਾ, ਉਹਨੇ ਇੱਕ ਗਾਇਆ ਨੀ ਜੈਗੂਆਰ ਨੀ ਤੇਰਾ ਯਾਰ ਕਰ ਦਿੰਦਾ ਵਾਰ ਨੀ ਫਲਾਣਾ, ਠੀਕ ਹੈ ਨਾ। ਮੈਂ ਉਹਦੇ 'ਤੇ ਹੈਰਾਨ ਹਾਂ, ਉਹ 5-7 ਬੰਦੂਕਾਂ ਨਾਲ ਚੱਕੀ ਫਿਰਦੇ ਹੁੰਦੇ ਆ। ਇਹ ਜਿੰਨੇ ਵੀ ਕਲਾਕਾਰ ਆ ਨਾ, ਇਹ ਸਾਡੇ ਪੰਜਾਬ ਦੀ ਜਵਾਨੀ ਨੂੰ ਵਿਗਾੜਦੇ ਆ। ਮੈਂ ਤੁਹਾਨੂੰ ਦੱਸਦੀ ਹਾਂ, ਮੈਂ ਇੱਕ ਵੀਡੀਓ ਵੇਖ ਰਹੀ ਸੀ, ਉਹ ਕਿਸੇ ਵਿਆਹ ਦੇ ਵਿੱਚ ਕੋਈ ਕਲਾਕਾਰ, ਮੈਂ ਨਾਂ ਨਹੀਂ ਲੈਂਦੀ, ਚਲੋ ਉਹਨਾਂ ਦਾ ਕੋਈ ਕਲਾਕਾਰ ਲਓ ਲਓ ਨਹੀਂ ਨਾਂ ਲੈਣਾ ਚਾਹੀਦਾ, ਜੇ ਅਸੀਂ ਨਾਂ ਨਾ ਲਵਾਂਗੇ ਤਾਂ ਉਹਨਾਂ ਦੀ ਚੂੰਡੀ ਕਿਵੇਂ ਵੱਡੀ ਜਾਊਗੀ। ਬਿਲਕੁਲ ਸਹੀ ਗੱਲ ਹੈ। ਮੈਂ ਨਾ ਦੇਖ ਰਹੀ ਸੀ ਇੱਕ ਵਿਆਹ ਦਾ ਕੋਈ ਪ੍ਰੋਗਰਾਮ, ਉਹ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਵਾਇਰਲ ਹੋਈ ਹੋਈ ਆ ਵੀਡੀਓ, ਜਸ ਬਾਜਵਾ, ਤੁਸੀਂ ਸੁਣਿਆ ਹੋਣਾ? ਮੈਂ ਨਹੀਂ ਸੁਣਿਆ, ਮੇਰੀ ਬੜੀ ਖੁਸ਼ਕਿਸਮਤੀ ਹੈ। ਦੇਖੋ ਇਹਨਾਂ ਦੀ ਕੀ ਪਛਾਣ ਆ, ਅਸੀਂ ਇਸੇ ਕੰਮ ਦੇ ਵਿੱਚ ਰਹਿੰਦੇ, ਸਾਨੂੰ ਵੀ ਨਹੀਂ ਪਤਾ। ਹਾਂ ਬਿਲਕੁਲ ਸਹੀ, ਜਸ ਬਾਜਵਾ, ਉਹਨਾਂ ਦਾ ਉਹ ਕਿਤੇ ਵਿਆਹ ਦੇ ਵਿੱਚ ਸਮਾਗਮ ਦੇ ਵਿੱਚ ਨਾ ਗਾ ਰਹੇ ਸੀ ਸਟੇਜ ਦੇ ਉੱਪਰ, ਐਂਡ ਇੰਨੀ ਦੇਰ ਨੂੰ ਜਿਹੜੇ ਮੂਹਰੇ ਨੱਚਦੇ ਪਏ ਸੀ ਉਹਨੇ ਬੰਦੂਕ ਕੱਢ ਲਈ, ਰਿਵੋਲਵਰ ਕੱਢ ਕੇ ਜਦੋਂ ਫਾਇਰ ਕਰਨ ਲੱਗਾ ਫਟਾਫਟ ਸਟੇਜ ਤੋਂ ਭੱਜ ਫੁਰ ਹੋ ਗਿਆ। ਹਾਂ, ਤੁਹਾਨੂੰ ਇਦਾਂ ਸ਼ਰੇਆਮ ਦਾ ਡਰ ਲੱਗਦਾ? ਮੈਂ ਇਕੱਲੇ ਜਸ ਬਾਜਵਾ ਦੀ ਗੱਲ ਨਹੀਂ ਕਰ ਰਹੀ, ਜਿੰਨੇ ਵੀ ਸਿੰਗਰ ਹੈ ਦੇਖੋ, ਅੱਜ ਗੱਲ ਮਨਕੀਰ ਤੌਲਖ ਦੀ ਗੱਲ ਕਰ ਲਓ, ਤੁਸੀਂ ਇੱਥੇ ਗੱਲ ਕਰ ਲਓ ਦਲਜੀਤ ਦੀ, ਤੁਸੀਂ ਗੱਲ ਕਰ ਲਓ ਆਹ ਉਹ ਅਮਰਤ ਮਾਨ ਤਾਲਿਬਾਨੀ ਗਾਇਕ, ਜਾਂ ਜਿਹੜਾ ਇੱਕ ਜਸ ਬਾਜਵਾ ਤੁਸੀਂ ਕਹਿਤਾ, ਇਹ ਜਿੰਨੇ ਕਲਾਕਾਰ ਆ ਜਾਂ ਇਹਨਾਂ ਵਰਗੇ ਹੋਰ ਵੀ ਦਰਜਣਾਂ ਦੀ ਗਿਣਤੀ 'ਚ ਆ, ਇਹਨਾਂ ਨੂੰ ਸਮਝਾਉਣਾ, ਇਹਨਾਂ ਨੂੰ ਸੁਧਾਰਨਾ, ਇਹ ਸਾਡੇ ਆਪਣੇ ਹੱਥ ਵੱਸ ਆ। ਅਸੀਂ ਘਰਾਂ ਦੇ ਵਿੱਚ ਬੈਠ ਕੇ ਕਹਿ ਦਿੰਦੇ ਬੜਾ ਮਾੜਾ ਕੁਛ ਹੋ ਰਿਹਾ, ਸਾਡੇ ਟੀਵੀ ਦੇ ਉੱਤੇ ਕੀ ਕੁਝ ਚੱਲ ਰਿਹਾ, ਜਦੋਂ ਅਸੀਂ ਬਾਹਰ ਨਿਕਲ ਕੇ ਇਹਨਾਂ ਨੂੰ ਰੋਕਣ ਦੇ ਲਈ ਕੁਝ ਨਹੀਂ ਕਰਦੇ। ਮੈਨੂੰ ਕਈ ਲੋਕਾਂ ਦੇ ਫੋਨ ਆਉਂਦੇ ਆ, ਕਹਿੰਦੇ ਜੀ ਤੁਸੀਂ ਕਲਾਕਾਰਾਂ ਬਾਰੇ ਲਿਖਦੇ ਹੁੰਦੇ ਆ ਅਖਬਾਰਾਂ 'ਚ, ਇੱਕ ਫਲਾਣੇ ਨੇ ਗੰਦਾ ਗੀਤ ਗਾਇਆ, ਤੇ ਮੈਂ ਕਹਿ ਦਿੰਦਾ ਵੀ ਮੈਂ ਸੁੱਖ ਲਾਉਣ ਆਇਆ ਰੱਬ ਦੀ ਇੱਥੇ, ਮੈਂ ਇਕੱਲਾ ਹੀ ਕਰੀ ਜਾਂਦਾ, ਤੁਸੀਂ ਵੀ ਕੁਛ ਕਰੋ। ਨਹੀਂ ਬਿਲਕੁਲ, ਤੁਸੀਂ ਆਪਣੇ ਇਲਾਕੇ ਦੇ ਵਿੱਚ ਜਿੱਥੇ ਉਹ ਰਹਿੰਦਾ, ਤੁਸੀਂ 20-50 ਬੰਦੇ ਇਕੱਠੇ ਹੋ ਕੇ ਉਹਦੇ ਘਰ ਮੂਹਰੇ ਜਾਓ, ਤੁਸੀਂ ਉਹਦੇ ਮਾਪਿਆਂ ਨੂੰ ਕਹੋ ਵੀ ਤੁਹਾਡੇ ਮੁੰਡੇ ਨੇ ਗੰਦ ਕੀ ਪਾਇਆ। ਤੁਸੀਂ ਕੁਛ ਕਰਦੇ ਹੀ ਨਹੀਂ ਸਵਾਏ ਰਾਏ ਦੇਣ ਤੋਂ, ਰਾਏ ਦੇਣੀਆਂ ਬੰਦ ਕਰਕੇ, ਜਿਹੜੇ ਖੁੰਡਾਂ ਦੇ ਉੱਤੇ ਬੈਠ ਕੇ ਮਸ਼ਵਰੇ ਕਰਨੇ ਬੰਦ ਕਰਕੇ, ਪ੍ਰੈਕਟੀਕਲ ਤੌਰ ਤੇ ਜ਼ਮੀਨੀ ਪੱਧਰ ਦੇ ਉੱਤੇ ਕੁਝ ਕਰਨਾ ਆਰੰਭ ਗਿਆ ਸੀ। ਬਿਲਕੁਲ। ਅੱਛਾ, ਮੈਂ ਇੱਕ ਬੜੀ ਅਜੀਬ ਜੀ ਖਬਰ ਪੜ੍ਹੀ ਹੈ, ਮੈਂ ਚਾਹੁੰਦੀ ਹਾਂ ਵੀ, ਕਿਉਂਕਿ ਤੁਸੀਂ ਟੌਰਚ ਚੰਗੀ ਤਰ੍ਹਾਂ ਮਾਰਦੇ ਹੋ, ਹਰੇਕ ਉੱਪਰ ਬੈਟਰੀ ਮਾਰਦੇ ਹੋ, ਚਾਨਣਾ ਪਾਉਂਦੇ ਹੋ, ਸੋ ਮੈਂ ਸੋਚਿਆ ਤੁਹਾਨੂੰ ਹੀ ਪੁੱਛਾਂ। ਕਹਿੰਦੇ ਨੇ ਵੀ ਕਾਂਗਰਸ ਦੇ ਇੱਕ ਬੁਲਾਰੇ ਨੇ ਮੋਦੀ ਹੋਰਾਂ ਨੂੰ ਕੋਈ ਧਰਮ ਪਤਨੀ ਸੰਬੰਧਿਤ ਕੋਈ ਪੱਤਰ ਪੁੱਤਰ ਜਿਹਾ ਲਿਖਿਆ ਕੋਈ? ਇਹ ਹੈਗੀ ਅਸਲ ਦੇ ਵਿੱਚ ਹਰਮਨ ਜੀ ਵੇਲੜਾਂ ਦੇ ਕੰਮ। ਅੱਛਾ ਜੀ। ਦੇਖੋ, ਮੋਦੀ 2.5-3 ਮਹੀਨਿਆਂ ਬਾਅਦ ਆਪਣੀ ਵੋਟੀ ਦੇ ਕੋਲੋਂ ਫੁਰ ਹੋ ਗਿਆ, ਮੁੜ ਕੇ ਨਹੀਂ ਬੋੜਿਆ, ਮੁੜ ਕੇ ਉਹਨੇ ਲੋਕਾਂ ਦੀਆਂ ਕੋਲ ਰਹਿਣ ਜੋਗੀਆਂ ਨਹੀਂ ਛੱਡੀਆਂ। ਮੈਂ GST ਲਾਤੀ, ਚੀਜ਼ਾਂ ਇੰਨੀਆਂ ਮਹਿੰਗੀਆਂ ਕਰਤੀਆਂ, ਅਸੀਂ ਵੀ ਚੱਲੀਆਂ, ਠੀਕ ਹੈ ਨਾ। ਇਸ ਕਰਕੇ ਜਿਹੜਾ GST ਹੈ ਨਾ, ਉਹਦੀ ਚਲੋ ਬਾਅਦ ਦੇ ਵਿੱਚ ਗੱਲ ਕਰਦੇ ਹਾਂ, ਪਰ ਮੋਦੀ 2.5-3 ਮਹੀਨਿਆਂ ਬਾਅਦ ਵੋਟੀ ਕੋਲੋਂ ਕਿਉਂ ਚਲਾ ਗਿਆ, ਉਹ ਕਿਉਂ ਨਹੀਂ ਮਿਲਦਾ, ਉਹ ਨਾਲ ਕਿਉਂ ਨਹੀਂ ਰਹਿੰਦਾ, ਜਾਂ ਕਿਉਂ ਨਹੀਂ ਨਾਲ ਰੱਖਦਾ, ਇਹ ਮੋਦੀ ਜਾਣੇ ਜਾਂ ਮੋਦੀ ਦੀ ਵੋਟੀ ਜਾਣੇ? ਮੋਦੀ ਦੀ ਵੋਟੀ ਤਾਂ ਇਤਰਾਜ਼ ਕਰੇ ਵੀ ਤੂੰ ਮੇਰੇ ਨਾਲ ਵਿਆਹ ਕਰਵਾਇਆ ਤੇ ਹੁਣ ਤੂੰ ਮੈਨੂੰ ਛੱਡਤਾ, ਉਹਨੂੰ ਇਤਰਾਜ਼ ਕੋਈ ਨਹੀਂ, ਤੇ ਮੇਰੇ ਅੱਗੇ ਐਵੇਂ ਟੱਪੀ ਜਾਂਦੇ ਆ। ਠੀਕ ਹੈ ਨਾ, ਇੱਕ ਕਾਂਗਰਸ ਦੇ ਬੁਲਾਰੇ ਦੇ ਵੱਲੋਂ ਨਰਿੰਦਰ ਮੋਦੀ ਹੋਰਾਂ ਨੂੰ ਨੋਟਿਸ ਭੇਜਿਆ ਗਿਆ, ਕਾਹਦਾ? ਉਹ ਇਸ ਕਰਕੇ ਵੀ ਜਾਂ ਤਾਂ ਤੁਸੀਂ ਆਪਣੀ ਵੋਟੀ ਨੂੰ ਨਾਲ ਰੱਖੋ ਤੇ ਜਾਂ ਫਿਰ ਤਲਾਕ ਦਿਓ। ਭਾਰਤ ਦੇ ਵਿੱਚ ਆਲੂ ਗੰਡੇ ਸਸਤੇ ਹੋ ਜਾਣਗੇ, ਫਿਰ ਭਾਰਤ ਦੇ ਵਿੱਚ ਫਿਰ GST ਦਾ ਜਿਹੜਾ ਮਾਰ ਪਈ ਆ, ਕੀ ਵਪਾਰੀ ਉਹ ਤੋਂ ਬਚ ਜਾਣਗੇ? ਫਿਰ ਨੋਟਬੰਦੀ ਕਰਕੇ ਜਿਹੜੀ ਗਰੀਬੀ ਆਈ ਆ ਭਾਰਤ ਦੇ ਵਿੱਚ, ਲੋਕ ਲਿਤਾੜੇ ਗਏ ਆ, ਕੀ ਉਹ ਕੰਮ ਖਤਮ ਹੋਜੂ? ਜੇ ਉਹ ਨਾਲ ਰੱਖਣ ਲੱਗ ਜੇ ਤਾਂ ਕੀ ਗੁਜਰਾਤ ਤੇ ਹਿਮਾਚਲ ਦੇ ਵਿੱਚ ਸਿੱਧੇ ਜੋਟਾਂ ਜਿੱਤ ਜਾਣਗੇ? ਇਹ ਨਾ ਉਹ ਗੱਲਾਂ, ਅਸਲ ਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਭਾਰਤ ਦੇ ਵਿੱਚੋਂ ਗੁਰਬਤ ਖਤਮ ਕੀਤੀ ਜਾਵੇ। ਤੁਸੀਂ 2014 ਦੀਆਂ ਚੋਣਾਂ ਦੇ ਮੌਕੇ ਜੋ ਵਾਅਦੇ ਕੀਤੇ ਸੀ ਉਹ ਪੂਰੇ ਕਿਉਂ ਨਹੀਂ ਕੀਤੇ? ਇਹਨਾਂ ਗੱਲਾਂ ਨੂੰ ਆਧਾਰ ਬਣਾ ਕੇ ਅਸੀਂ ਕੁਝ ਕਰੀਏ। ਜਿਹੜਾ ਤੁਹਾਡਾ ਚੋਣ ਮਨੋਰਥ ਪੱਤਰ ਆ ਉਹਦੇ ਵਿੱਚੋਂ ਤੁਸੀਂ ਨੋਟ ਡਾਊਨ ਕਰੋ, ਤੁਸੀਂ ਚੋਣ ਮਨੋਰਥ ਹੁੰਦਾ ਨਾ, ਮੈਂ ਇਹਦਾ ਹੋਰ ਅਰਥ ਕੱਢਦਾ ਵੀ ਚੋਣਾਂ ਦੇ ਮੌਕੇ ਅਸੀਂ ਆਪਣੇ ਮਨੋਰਥ ਵਾਲਾ ਪੱਤਰ, ਜਦੋਂ ਸਾਡਾ ਮਨੋਰਥ ਹੋ ਗਿਆ ਸਹੀ, ਖਸਮਾਂ ਨੂੰ ਖਾਂਦੀ ਸਾਰੀ ਦੁਨੀਆ, ਲੋਕ ਤਾਂ ਇਹੀ ਕਹਿੰਦੇ ਆ ਨਾ। ਬਿਲਕੁਲ ਸਹੀ ਗੱਲ। ਇਸ ਕਰਕੇ ਨਾ ਜਿਹੜੀ ਇਹ ਗੱਲ ਆ, ਇਹ ਨਿੱਜੀ ਜ਼ਿੰਦਗੀ ਦੀਆਂ ਗੱਲਾਂ ਨੂੰ ਉਛਾਲ ਕੇ ਅਸਲ 'ਚ ਸਾਡਾ ਜਿਹੜਾ ਮੀਡੀਆ ਨਾ, ਇਹ ਚਟਕਾਰਾ ਮੀਡੀਆ ਬਣ ਗਿਆ। ਬਿਲਕੁਲ ਸਹੀ। ਮੈਂ ਦੇਖਦਾ ਹੁੰਦਾ ਯੂਟਿਊਬ ਦੇ ਉੱਤੇ, ਫੇਸਬੁੱਕ ਦੇ ਉੱਤੇ ਵਿੱਚ ਸੜੀ ਜੀ ਖਬਰ ਹੁੰਦੀ ਆ, ਬਾਹਰ ਕੱਢਣਗੇ ਹੈਡਿੰਗ, ਦੇਖੋ ਮਜੀਠੀਆ ਦੀ ਨਵੀਂ ਕਰਤੂਤ, ਮੈਂ ਵਿੱਚ ਵੇਹਨਾ ਵਿੱਚ ਕੱਖ ਵੀ ਨਹੀਂ। ਬਿਲਕੁਲ ਸਹੀ। ਇਹ ਨਾ ਸਾਰੇ ਲਾਈਕ ਬਰਾੜ ਵਾਲੀ ਜਿਹੜੀ ਆਪਾਂ ਖਬਰ ਕੀਤੀ ਆ, ਹਾਂਜੀ,
ਉਹਦੇ ਪਰਿਵਾਰ ਦੇ ਉੱਤੇ ਕੀ ਕੁਛ ਬੀਤ ਰਿਹਾ। ਕੁਛ ਕੁ ਜਿਹੜੇ ਮੀਡੀਆ ਪੇਜ ਜੇ ਬਣੇ ਆ ਉਹਨਾਂ ਨੇ ਪਤਾ ਕੀ ਹੈਡਿੰਗ ਲਾਇਆ, ਥੰਬਨੇਲ ਜਿਹਨੂੰ ਕਹਿੰਦੇ ਆਪਾਂ, ਉਹ ਆਪਾਂ ਦਾ ਸਿਰਲੇਖ ਆ, ਉਹਦੇ ਵਿੱਚ ਲਿਖਿਆ ਕਿ ਆਸ਼ਕ ਨੇ ਕੀਤਾ ਗੀਤ ਦਾ ਕਤਲ। ਵੀ ਵਿੱਚ ਲੋਕ ਜਾਣ, ਤੁਸੀਂ ਵਿਊ ਵਧਾਉਣ ਦੇ ਚੱਕਰ ਦੇ ਵਿੱਚ ਮਰਿਆਦਾ ਤੋਂ ਸੱਖਣੀਆਂ ਕਿੰਨੀਆਂ ਲਾਂਤੀ ਗੱਲਾਂ ਕਰਦੇ ਹੋ। ਜਦੋਂ ਆਪਣੇ ਨਾਲ ਵਾਪਰਦੀਆਂ ਨੇ ਫਿਰ ਤਾਂ ਸਾਨੂੰ ਲੱਗਦਾ ਵੀ ਇਹ ਬਹੁਤ ਵੱਡੀ ਗੱਲ ਹੋ ਗਈ, ਇਹ ਤਾਂ ਸਾਨੂੰ ਕੋਈ ਐਵੇਂ ਕਿਵੇਂ ਕਹਿ ਸਕਦਾ, ਕਿਸੇ ਨੂੰ ਹੱਕ ਨਹੀਂ, ਅਸੀਂ ਮਾਣਹਾਨੀ ਦਾ ਕੇਸ ਵੀ ਕਰਾਂਗੇ, ਫਲਾਣ ਵੀ ਕਰਾਂਗੇ, ਢੀਂਗ ਵੀ ਕਰਾਂਗੇ, ਪਰ ਜਦੋਂ ਤੁਸੀਂ ਕਿਸੇ ਦੇ ਨਾਲ ਇੱਦਾਂ ਕਰਦੇ ਹੋ ਤਾਂ ਉਦੋਂ ਤੁਹਾਡੀ ਮਰਿਆਦਾ ਕਿੱਥੇ ਜਾਏ। ਇੱਕ ਹੋਰ ਗੱਲ ਦੱਸਦਾ, ਇਹ ਤਾਂ ਹੋ ਗਈ, ਚਲੋ ਇੱਕ ਕਾਂਗਰਸੀ ਬੁਲਾਰੇ ਨੇ ਭੇਜਿਆ, ਹਿੰਮਤ ਸਿੰਘ ਸ਼ੇਰਗਿੱਲ ਆਮ ਆਦਮੀ ਪਾਰਟੀ ਦਾ ਆਗੂ ਆ, 38-39 ਸਾਲ ਦੀ ਉਹਦੀ ਉਮਰ ਆ, ਉਹਨੇ ਵਿਆਹ ਕਰਵਾਇਆ ਨਹੀਂ ਕਰਵਾਇਆ ਆਪਾਂ ਕੀ ਲੈਣਾ, ਉਹਨੇ ਪਿਛਲੇ ਦਿਨੀ ਇੱਕ ਅੰਗਰੇਜ਼ੀ ਅਖਬਾਰ ਦੇ ਵਿੱਚ ਇਸ਼ਤਿਹਾਰ ਦਿੱਤਾ ਜਿਹਨੂੰ ਅਸੀਂ ਮੈਟ੍ਰੀਮੋਨੀਅਲ ਕਹਿੰਦੇ ਆ, ਠੀਕ ਆ, ਕਿ ਉਮਰ ਇੰਨੀ, ਆਮ ਆਦਮੀ ਪਾਰਟੀ ਦਾ ਆਗੂ, ਕੱਦ ਇੰਨਾ, ਜਿਹੜਾ ਉਹਦਾ ਅਸਰ ਰਸੂਖ ਇੰਨਾ, ਫੋਨ ਨੰਬਰ ਇੰਨਾ। ਕਈ ਵਿਰੋਧੀਆਂ ਨੇ ਮੁੱਦਾ ਬਣਾ ਲਿਆ, ਆਖੇ ਜੀ ਆਮ ਆਦਮੀ ਪਾਰਟੀ 'ਚ ਰਹਿੰਦਾ ਬੰਦਾ ਇੱਕ ਛੜਾ ਫਿਰਦਾ। ਤੇ ਫਿਰ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਹੋਈ, ਪੱਤਰਕਾਰਾਂ ਨੂੰ ਸਵਾਲ ਕਰੀ ਜਾਂਦੇ ਵਿਆਹ ਬਾਰੇ ਕੀ ਦੱਸੋਗੇ, ਵੀ ਤੁਸੀਂ ਰਾਹੁਲ ਗਾਂਧੀ ਨੂੰ ਵੀ ਆਹ ਗੱਲਾਂ ਪੁੱਛਦੇ ਹੋ, ਸਲਮਾਨ ਖਾਨ ਨੂੰ ਵੀ ਪੁੱਛਦੇ ਹੋ, ਹੁਣ ਹਿੰਮਤ ਸਿੰਘ ਸ਼ੇਰਗਿੱਲ ਨੂੰ ਵੀ ਪੁੱਛਦੇ ਹੋ, ਤੁਸੀਂ ਕੀ ਲੈਣਾ, ਉਹ ਇੱਕ ਕਰਾਵੇ, ਦੋ ਕਰਾਵੇ, ਕਦੇ ਨਾ ਕਰਾਵੇ, ਬਿਲਕੁਲ ਸਹੀ ਗੱਲ, ਠੀਕ ਹੈ ਨਾ। ਇਹ ਅਸਲ ਦੇ ਵਿੱਚ ਇਹ ਇੱਕ ਘੁਸਪੈਠ ਆ, ਅਗਲੇ ਬੰਦੇ ਨੂੰ ਪੂਰਾ ਹੱਕ ਹੈ ਜੀ ਅਖਬਾਰ ਦੇ ਵਿੱਚ ਮੈਟ੍ਰੀਮੋਨੀਅਲ ਦੇਣ ਦਾ, ਵੀ ਮੈਨੂੰ ਪੈਸੇ ਦਿੱਤੇ, ਹਾਂ, ਤੇ ਉਹ ਇਸ਼ਤਿਹਾਰ ਛਾਪ ਗਿਆ, ਹਰੇਕ ਨੂੰ ਹੱਕ ਹੈ, ਜਦੋਂ ਉਹਦਾ ਮਨ ਕੀਤਾ ਉਹਨੇ ਵੀ ਬੜੀ ਵਧੀਆ ਗੱਲ ਕਹੀ ਆ, ਕਹਿੰਦਾ ਇਹ ਕਿਸਮਤ ਦੀਆਂ ਗੱਲਾਂ, ਜਦੋਂ ਹੋਣਾ ਹੋਇਆ ਹੋ ਜੂ, ਆਪਾਂ ਕਿਹੜੀ ਗੱਲੋਂ ਤੰਗ ਹੋਈ ਜਾਂਦੇ ਆ, ਬਿਲਕੁਲ ਸਹੀ ਗੱਲ ਕੀਤੀ। ਪ੍ਰਾਈਮ ਏਸ਼ੀਆ ਟੀਵੀ ਨੂੰ ਤੁਸੀਂ ਕੈਨੇਡਾ ਵਿੱਚ ਦੇਖ ਸਕਦੇ ਹੋ, ਬੈਲ ਸੈਟੇਲਾਈਟ ਚੈਨਲ ਨੰਬਰ 685, ਬੈਲ 5 ਟੀਵੀ ਚੈਨਲ ਨੰਬਰ 677, ਰੋਜਰਸ ਚੈਨਲ ਨੰਬਰ 935। Watch us worldwide on Yap TV, Apple TV, Smart TV, Xbox, PS4, Amazon Fire Stick, Roku and other platforms. Tusi apne Apple ja Android phone vich saadi app vi download kar sakde ho. Te sab to zaruri saada YouTube channel subscribe karna na bhulna. Prime Asia TV, tuhaada apna, tuhaade layi. Wadi hazir hai. Judge da vichar. ਪ੍ਰਾਈਮ ਏਸ਼ੀਆ ਟੀਵੀ 'ਤੇ ਪ੍ਰੋਗਰਾਮ ਚੱਜ ਦਾ ਵਿਚਾਰ ਵੇਖ ਰਹੇ ਹੋ ਤੁਸੀਂ, ਹਰਮਨ ਥਿੰਦ ਅਤੇ ਸਵਰਨ ਸਿੰਘ ਟਾਣਾ ਹੋਰਾਂ ਦੇ ਨਾਲ। ਹੁਣ ਜਿਹੜੀ ਅਗਲੀ ਗੱਲ ਅਸੀਂ ਕਰਨ ਲੱਗੇ ਹਾਂ ਉਹ ਇੱਕ ਖੁਸ਼ਖਬਰੀ ਹੈ। ਅੱਛਾ, ਹਾਂਜੀ, ਕਿਹੜੀ? ਇੱਕ ਇਹੋ ਜਿਹਾ ਖਾਣਾ ਜਿਹੜਾ ਤੁਸੀਂ ਵੀ ਪਤਾ ਨਹੀਂ ਕਿੰਨੀ ਵਾਰ ਖਾਧਾ ਹੋਣਾ, ਮੈਂ ਪਤਾ ਨਹੀਂ ਕਿੰਨੀ ਵਾਰ ਖਾਧਾ ਹੋਣਾ। ਮੈਂ ਪੀਲੀ ਦਾਲ ਦੀ ਗੱਲ ਤਾਂ ਨਹੀਂ ਕਰਦੇ ਤੁਸੀਂ, ਮੈਂ ਪੀਲੀ ਦਾਲ ਦਾ ਬਹੁਤ ਸ਼ੌਕੀਨ ਹਾਂ। ਅੱਛਾ, ਉਹਦੇ ਵਿੱਚ ਮੋਟੇ ਮੋਟੇ ਗੰਢੇ ਜਿਹੇ ਵੀ ਹੋਣ, ਉਹਦੇ ਉੱਤੇ ਧਨੀਆ ਹੋਵੇ ਤੇ ਪੀਲੀ ਦਾਲ ਹੋਵੇ ਪਤਲੀ ਜੀ। ਅੱਛਾ ਜੀ, ਤੇ ਮੈਂ ਉਹਦਾ ਬਹੁਤ ਆਸ਼ਕ ਹਾਂ, ਨਾਲ ਉਹਦੇ ਦਹੀਂ, ਫੁੱਲਿਆ ਹੋਇਆ ਫੁਲਕਾ ਹੋਵੇ, ਵੈਸੇ ਫੁਲਕਾ ਹੁੰਦਾ ਹੀ ਉਧਰ ਫੁੱਲ ਜੇ, ਹਾਂ ਸਹੀ ਗੱਲ ਹੈ, ਸਹੀ ਗੱਲ ਹੈ, ਬਿਲਕੁਲ, ਨਾਲ ਹੋਵੇ ਤੇ ਦਹੀਂ, ਨਾਲ ਦਹੀਂ ਹੋਵੇ ਤੇ ਨਾਲ ਮੈਂ ਦਹੀਂ ਬਣਾ ਵੀ ਸਾਰ ਲੈਣਾ, ਹਰੀ ਮਿਰਚ ਤੇ ਪੀਲੀ ਦਾਲ, ਇਹ ਮੇਰੇ ਮਨ ਪਾਉਂਦੀਆਂ ਚੀਜ਼ਾਂ ਦੇ ਵਿੱਚੋਂ ਇੱਕ। ਮੂੰਹ 'ਚ ਪਾਣੀ ਲਿਆਤਾ। ਇੱਕ ਹੋਰ ਦੱਸਦਾ, ਜੇ ਨਾਲ ਕਿਤੇ ਪਨੀਰ ਦੀ ਸਬਜ਼ੀ ਬਣੀ, ਮੈਂ ਪਿੰਡ ਗਿਆ ਸੀ ਨਾ, ਮੈਂ ਚਿਬੜ ਲੈ ਕੇ ਆਇਆ। ਓਕੇ, ਹਾਂ, ਤੁਸੀਂ ਚਿਬੜਾਂ ਦੀ ਚਟਨੀ ਖਾਧੀ ਕਦੇ? ਕਦੀ ਚਿਬੜ ਨਹੀਂ ਖਾਧੇ ਸੀ। ਮੈਂ ਚਿਬੜ ਲੈ ਕੇ ਆਉਂ ਇੱਥੇ, ਜ਼ਰੂਰ, ਹਾਂ, ਤੇ ਮੈਂ ਚਿਬੜ ਲੈ ਕੇ ਆਇਆ, ਅੱਧਾ ਕਿਲੋ ਚਿਬੜ ਲੈ ਕੇ ਆਇਆ ਮੈਂ। ਕੋਈ ਵੇਲਾ ਸੀਗਾ ਜਦੋਂ ਅਸੀਂ ਨਰਮੇ ਚੁੱਕਦੇ ਸੀ ਨਾ, ਜਦੋਂ ਨਰਮਿਆਂ ਦੇ ਵਿੱਚ ਕਪਾਹ ਦੇ ਵਿੱਚ ਚਿਬੜ ਆਮ ਹੁੰਦੇ ਸੀ, ਅਸੀਂ ਨਿਆਣੇ ਹੁੰਦੇ ਸੀ, ਮਾਸੀਆਂ ਨੇ ਮੇਰੀਆਂ ਨੇ ਝੋਲੀਆਂ ਬੰਨ ਕੇ ਨਰਮਾ ਚੁਗਣਾ, ਕਪਾਹ ਚੁਗਣੀ, ਉਹਨਾਂ ਨੇ ਆਪਣੇ ਢੇਰ ਲਾਉਣੇ, ਤੇ ਮੈਂ ਤੇ ਮੇਰੇ ਸਾਥੀ ਆ ਜਿਹੜੇ, ਉਹ ਅਸੀਂ ਵੱਟਾਂ ਤੇ ਖੇਡਦੇ ਫਿਰਨਾ, ਨਰਮੇ 'ਚ ਲਿਟੀ ਜਾਣਾ, ਠੀਕ ਆ, ਅਸੀਂ ਖਾਲਿਆਂ ਦੇ ਵਿੱਚ ਲੰਮੇ ਪੁੱਠੇ ਸਿੱਧੇ ਬੇਰੀ ਤੇ ਚੜ ਜਾਣਾ, ਕਿਆ ਬਚਪਨ ਸੀ। ਫਿਰ ਅਸੀਂ ਨਾ ਚਿਬੜ ਤੋੜ ਤੋੜ ਕੇ, ਜਦੋਂ ਚਿਬੜ ਕਿਰ ਜਾਂਦਾ ਪੱਕ ਜਾਂਦਾ, ਤੇ ਉਸ ਤੋਂ ਬਾਅਦ ਉਹ ਵੇਲ ਦੇ ਨਾਲੋਂ ਅੱਡ ਹੋ ਜਾਂਦਾ ਪੀਲਾ ਹੋ ਕੇ, ਐਸੀ ਖੁਸ਼ਬੂ ਆਉਂਦੀ ਆ ਉਹਦੀ, ਕਿਆ ਬਾਤ ਆ ਉਹਦੀ। ਮੈਂ ਬਾਜ਼ਾਰੋਂ ਲੈ ਕੇ ਆਇਆ, ਹਾਲਾਂਕਿ ਉਹੋ ਜਿਹੇ ਤਾਂ ਨਹੀਂ ਜਿਹੜੇ ਜੇ ਮੈਂ ਤੋੜਦਾ ਸੀ, ਪਰ ਫਿਰ ਵੀ ਉਹ ਜਿਹੜੀਆਂ ਪੁਰਾਣੀਆਂ ਗੱਲਾਂ ਚੇਤੇ ਕਰਨਾ। ਚਲੋ ਪੁੱਛੋ ਤੁਸੀਂ ਕਿਹੜੀ ਗੱਲ ਕਰਦੇ ਹੋ। ਅੱਛਾ, ਨਹੀਂ ਪਰ ਮੈਂ ਜਿਹੜੇ ਖਾਣੇ ਦੀ ਗੱਲ ਕਰਨ ਲੱਗੀ ਆ, ਵੀ ਉਹ ਤੁਸੀਂ ਵੀ ਖਾਧਾ, ਮੈਂ ਵੀ ਖਾਧਾ, ਆਪਣੇ ਦਰਸ਼ਕਾਂ ਨੇ ਵੀ ਖਾਧਾ ਹੋਏਗਾ, ਤੇ ਬਹੁਤ ਸਾਰੇ ਦਰਸ਼ਕ ਉਹ ਤੋਂ ਨੱਕ ਮੂੰਹ ਵੀ ਚੜਾਉਂਦੇ ਹੋਣਗੇ। ਅੱਛਾ, ਪਰ ਉਹ ਕਹਿੰਦੇ ਬ੍ਰਾਂਡ ਫੂਡ ਬਣ ਜਾਣਾ ਇੰਡੀਆ ਦਾ। ਅੱਛਾ, ਉਹ ਕਿਵੇਂ? ਖਿਚੜੀ। ਅੱਛਾ, ਉਹ ਖਿਚੜੀ ਇੰਨੀ ਜ਼ਿਆਦਾ ਇਹਨਾਂ ਨੇ, ਉਹ ਖਿਚੜੀ ਬਣ ਗਈ। ਹਾਂ, ਇਹਨਾਂ ਨੇ ਜਿਹੜੀ ਅਸਲ, ਮੈਂ ਤੁਹਾਨੂੰ ਦੱਸਦਾ ਵੀ ਖਿਚੜੀ ਸ਼ਬਦ ਕਿਵੇਂ ਬਣਿਆ। ਸੰਸਕ੍ਰਿਤ ਦੇ ਵਿੱਚ ਖਿੱਚ ਸ਼ਬਦ ਦਾ ਅਰਥ ਹੈ ਕਿ ਚੌਲ ਤੇ ਦਾਲ ਤੋਂ ਤਿਆਰ ਭੋਜਨ, ਖਿੱਚਾ। ਅੱਛਾ, ਖਿੱਚਾ ਤੋਂ ਪਾਵਾ ਖਿਚੜੀ ਬਣਾਇਆ ਇਹ। ਸੰਸਕ੍ਰਿਤ ਦੇ ਵਿੱਚ ਖਿੱਚਾ ਸ਼ਬਦ ਹੈ, ਚੌਲ ਤੇ ਦਾਲ ਤੋਂ ਤਿਆਰ ਭੋਜਨ। ਉਹਦੇ ਵਿੱਚ ਹੁਣ ਕਿਉਂਕਿ ਸਮਾਂ ਬਦਲ ਗਿਆ, ਆਪਾਂ ਮਰਜ਼ੀ ਮੁਤਾਬਕ ਹੋਰ ਬੜੀਆਂ ਚੀਜ਼ਾਂ ਪਾਉਂਦੇ ਹਾਂ, ਆਪਾਂ ਵਿੱਚ ਹੁਣ ਮਿਰਚ ਮਸਾਲੇ ਵੀ ਪਾਉਣ ਲੱਗ ਗਏ ਹਾਂ। ਸੋ ਜਿਹੜੀ ਇਹ ਖਿਚੜੀ ਹੈ ਨਾ, ਖਿਚੜੀ ਦਾ ਪ੍ਰਚਾਰ ਇਉਂ ਕੀਤਾ ਵੀ ਜਿਵੇਂ ਸਾਰੇ ਦੇਸ਼ ਦੀਆਂ ਸਮੱਸਿਆਵਾਂ ਇਸ ਕੜਾਹੀ 'ਚ ਹੀ ਪਾਤੀਆਂ ਆਪਾਂ। ਸਹੀ ਗੱਲ ਹੈ, ਬਾਬਾ ਰਾਮਦੇਵ ਖੁਰਚਣਾ ਫੇਰੀ ਜਾਂਦਾ ਕੜਾਹੀ 'ਚ,
ਹਰਸਿਮਰਤ ਕੌਰ ਬਾਦਲ ਬੁਰਾ ਹਾਲ ਕਰੀ ਜਾਂਦੀ ਕੜਾਏ ਦਾ, ਘਰੇ ਭਾਵੇਂ ਨਾ ਕਦੀ ਕੜਾਏ ਕੋਈ ਨਹੀਂ ਕਰਦਾ, ਕਹਿੰਦੇ ਰਾਮੂ ਐਸੇ ਕਰਨਾ ਬੇਟਾ ਲਿਆਣਾ ਲਿਆਣਾ, ਘਰੇ ਤਾਂ ਇਦਾਂ ਚੱਲਦਾ ਹੁੰਦਾ ਸਾਰਿਆਂ ਦੇ, ਪਰ ਖਿਚੜੀ ਨੂੰ ਕਹਿੰਦੇ ਅਸੀਂ ਇੱਕ ਮਾਨਤਾ ਇਹੋ ਜਿਹੀ ਭਾਰਤੀ ਭੋਜਨ ਦੇ ਤੌਰ ਤੇ ਦਿਵਾਉਣੀ ਜਿਹਨੂੰ ਤੁਸੀਂ ਬ੍ਰੈਂਡ ਫੂਡ ਕਹਿੰਦੇ ਆ, ਠੀਕ ਆ। ਇਹਨਾਂ ਨੇ ਫਿਰ ਦਬਾਅ ਵੀ ਲਈ ਆ, ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਸਾਡੀ ਖਿਚੜੀ ਆ ਗਈ ਆ। ਵੈਸੇ ਸਾਡੇ ਰਾਜਨੀਤਿਕ ਲੋਕ ਖਿਚੜੀ ਪਕਾਉਂਦੇ ਹਰ ਰੋਜ਼ ਗੱਲਾਂ ਦੀ, ਤੇ ਇਹ ਜਿਹੜੀ ਨਾ ਇੱਕ ਕੁਇੰਟਲ ਦੇ ਬਾਰੇ ਪਹਿਲਾਂ ਸੋਚਦੇ ਸੀਗੇ, ਪਰ ਉਹ ਨਾ ਜਿਹੜੀ ਹੁਣ 1000 ਕਿਲੋ ਯਾਨੀ ਕਿ 1 ਟਨ ਖਿਚੜੀ ਤਿਆਰ ਕੀਤੀ ਗਈ ਆ। ਪਹਿਲਾਂ ਕਹਿੰਦੇ ਸੀ 918 ਕਿਲੋ ਆ, ਪਰ ਫਿਰ ਪਤਾ ਲੱਗਾ ਵੀ 1 ਟਨ ਖਿਚੜੀ ਬਣਾਤੀ ਹੈ ਸੰਜੀਵ ਕਪੂਰ, ਜਿਹੜਾ ਬਹੁਤ ਮਸ਼ਹੂਰ ਰਸੋਈਆ ਸ਼ੈੱਫ, ਠੀਕ ਆ। ਉਸ ਤੋਂ ਬਾਅਦ ਹੁਣ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਨਾਂ ਆ ਗਿਆ ਇਹਦਾ। ਖਿਚੜੀ ਆ ਜਿਹੜੀ ਉਹਨੂੰ ਭਾਰਤ ਦੇ ਲੋਕ ਖਾਂਦੇ ਆ, ਬਿਮਾਰ ਵੱਧ ਖਾਂਦੇ ਆ, ਜਿਹਨਾਂ ਨੇ ਢਿੱਡ ਘਟਾਉਣੇ ਹੁੰਦੇ ਉਹ ਵੀ ਖਾਂਦੇ ਆ, ਕਿਉਂਕਿ ਇਹਦੇ ਵਿੱਚ ਉਹ ਫੈਟ ਨਹੀਂ ਨਾ ਹੁੰਦੀ, ਤੇ ਇਸ ਕਰਕੇ ਨਹੀਂ। ਪਰ ਚੱਕਰ ਇਹ ਹੈ ਵੀ ਕਿ ਆਹੀ ਕੰਮ ਰਹਿ ਗਿਆ ਸੀ, ਵੈਸੇ ਰਹਿ ਇਹ ਗਿਆ। ਦੇਖੋ ਸਾਡੀ ਰਾਜਨੀਤਿਕ ਸ਼ਗੂਫੇ ਆ ਨਾ ਜਿਹੜੇ, ਰਾਜਨੀਤਿਕ ਸ਼ੁਰਲੀਆਂ ਜਿਹੜੀਆਂ ਉਹ ਇਉਂ ਹੀ ਪੈਦਾ ਹੁੰਦੀਆਂ। ਹੋਰ ਚੈਨਲਾਂ ਦੀ ਗੱਲ ਸੁਣ ਲਓ, ਚੈਨਲ ਐਸੇ ਮੋਦੀ ਭਗਤ ਬਣੇ ਹੋਏ ਆ, ਰਵੀਸ਼ ਕੁਮਾਰ, ਰਵੀਸ਼ ਕੁਮਾਰ ਜਿਹੜੇ ਆ NDTV ਵਾਲੇ, ਉਹ ਕਹਿੰਦੇ ਹੁੰਦੇ ਆ ਇਹ ਮੋਦੀ ਮੀਡੀਆ ਨਹੀਂ, ਅਸਲ 'ਚ ਗੋਦੀ ਮੀਡੀਆ, ਇਹ ਗੋਦੀ 'ਚ ਬੈਠ ਕੇ ਖਬਰਾਂ ਲਿਖਦਾ ਹੁਣ, ਬਿਲਕੁਲ ਸਹੀ, ਵੀ ਇਹ ਮੋਦੀ ਨੇ ਕਿਆ ਕੀਆ, ਮੋਦੀ ਕੇ ਬਾਰੇ ਮੈਂ ਬਤਾਤੇ ਹੈ 10 ਬਾਤੇ, ਵੀ ਅਸੀਂ ਕੀ ਲੈਣਾ, ਬਿਲਕੁਲ ਸਹੀ ਗੱਲ, ਅਸੀਂ ਤਾਂ ਇੱਕ ਬਾਤ ਵੀ ਨਹੀਂ ਸੁਣ ਕੇ ਰਾਜ਼ੀ, ਅਸੀਂ ਤਾਂ ਉਹਨਾਂ ਦੇ ਮੂੰਹੋਂ ਇੱਕ ਗੱਲ ਵੀ ਸੁਣ, ਮਨ ਕੀ ਬਾਤ ਸੁਣ ਕੇ ਨਹੀਂ ਰਾਜ਼ੀ। ਹੁਣ ਮੋਦੀ ਸਾਹਿਬ ਗਏ ਆਪਾਂ ਜਾਣਦੇ ਆ ਪ੍ਰਚਾਰ ਕਰਦੇ ਫਿਰਦੇ ਹਿਮਾਚਲ ਦੀਆਂ ਚੋਣਾਂ ਦਾ, ਉੱਥੇ ਜਾ ਕੇ ਕਹਿੰਦੇ ਇਹ ਕਾਂਗਰਸ ਹੈ ਜੋ ਇਹ ਮੈਦਾਨ ਸੇ ਹਟ ਗਈ ਹੈ, ਮੇਰੇ ਮਨ ਪਰ ਬਹੁਤ ਬੜੀ ਜੋ ਕੀ ਕਹਿੰਦੇ ਹੁੰਦੇ ਹਿੰਦੀ ਬੋਝ ਬੋਝ ਪੜ ਗਿਆ, ਮੈਂ 7 ਵਜੇ ਕਹਿਣਾ ਸੀ, ਮੇਰੀ ਹਿੰਦੀ ਹੈ ਨਾ ਜਿਹੜੀ ਕਮਜ਼ੋਰ ਹੈ, ਉਹ ਮੇਰੀ ਥੋੜ੍ਹੀ ਨਹੀਂ ਠੀਕ ਠੀਕ ਆ, ਬਾਹਲੀ ਵੀ ਨਹੀਂ, ਤੁਸੀਂ ਮੈਨੂੰ ਤੁਸੀਂ ਅੰਗਰੇਜ਼ੀ ਬੋਲ ਬੋਲ ਕੇ ਮੈਨੂੰ ਹੀਣ ਭਾਵਨਾ ਦਾ ਸ਼ਿਕਾਰ ਕਰ ਦਿੰਦੇ ਆ, ਠੀਕ ਹੈ। ਤੇ ਹੁਣ ਆਉਂਦੇ ਸਮੇਂ 'ਚ ਨਾ ਮੈਨੂੰ ਲੱਗਦਾ ਵੀ ਨਿਆਣਿਆਂ ਨੂੰ ਮਾਸਟਰਾਂ ਨੇ ਸਵਾਲ ਕਰਿਆ ਕਰਨਾ, ਵੀ 3 ਡਾਇਲੋਗ ਤੁਹਾਨੂੰ ਦਿੰਦੇ ਆ, ਇਹ ਦੱਸੋ ਵੀ ਸਭ ਤੋਂ ਵੱਧ ਕਿਹੜਾ ਪ੍ਰਚਾਰਿਆ ਗਿਆ, 1975 ਦੇ ਵਿੱਚ ਕਿਤਨੇ ਆਦਮੀ ਥੇ ਇਹ ਮਸ਼ਹੂਰ ਸੀ, ਜਾਂ ਫਿਰ ਮਿਸਟਰ ਇੰਡੀਆ ਫਿਲਮ ਆਈ ਸੀ ਅਮਰੀਸ਼ ਪੁਰੀ ਕਹਿੰਦੇ ਮਗੈਂਬੋ ਖੁਸ਼ ਹੋਇਆ, ਜਾਂ ਫਿਰ 2015 ਦੇ ਵਿੱਚ ਇੱਕ ਬੰਦਾ ਆਇਆ ਜਿਹਨੇ ਕਿਹਾ ਮਿੱਤਰੋ, ਜਾਂ ਫਿਰ ਇਹ ਡਾਇਲੋਗ ਮਸ਼ਹੂਰ ਹੋਇਆ। ਸੋ ਨਿਆਣੇ ਜੇਕਰ ਸਹੀ ਜਵਾਬ ਦੇਣਗੇ ਤਾਂ ਨੰਬਰ ਲੱਗ ਜਾਣਗੇ, ਤੇ ਜੇ ਗਲਤ ਦਿੱਤਾ ਤਾਂ ਫਿਰ ਉਹਨਾਂ ਨੂੰ 1.5 ਘੰਟੇ ਲਈ ਮਨ ਕੀ ਬਾਤ ਸੁਣਨਾ ਪਿਆ ਕਰੋ। ਆ ਜਿਹੜਾ ਤੁਹਾਡਾ ਪਿੰਡ ਆ ਹਰਮਨ ਜੀ, ਉੱਥੇ ਕੋਈ ਘੁਮਿਆਰ ਭਾਈਚਾਰੇ ਦੇ ਲੋਕ ਰਹਿੰਦੇ ਆ? ਹਾਂਜੀ ਰਹਿੰਦੇ ਨੇ। ਗਧੇ ਰੱਖੇ ਉਹਨਾਂ ਨੇ? ਨਹੀਂ, ਅੱਜ ਕੱਲ ਕਿੱਥੇ ਰੱਖਦੇ ਨੇ, ਫਿਰ ਉਹਨਾਂ ਨੇ ਹੋਰ ਚੀਜ਼ਾਂ ਬਣਾ ਲਈਆਂ ਹੋਣਗੀਆਂ ਨਾ, ਹੁਣ ਮਤਲਬ ਆਪਣੇ ਕਿੱਤੇ ਕੜੇ ਕਹਿੰਦੇ ਸੀ, ਤੌੜੇ ਕਹਿੰਦੇ ਹੁੰਦੇ ਸੀ। ਹਾਂਜੀ ਹਾਂਜੀ, ਹੁਣ ਬਹੁਤਿਆਂ ਨੇ ਤਾਂ ਆਪਣਾ ਕਿੱਤਾ ਛੱਡ ਦਿੱਤਾ। ਹਾਂ, ਇਹ ਗੱਲ ਸਹੀ ਹੈ, ਹੈ ਨਾ। ਹਾਂ, ਸੱਚ ਮੈਂ ਇਸ ਗੱਲ ਤੇ ਆਉਣਾ ਹੀ ਸੀਗਾ। ਹਾਂਜੀ, ਬਹੁਤ ਸਾਰੇ ਨਾ ਇਹੋ ਜੇ ਰਵਾਇਤੀ ਕਿੱਤੇ ਸੀ, ਪਿਤਾ ਪੁਰਖੀ ਕਿੱਤੇ, ਬਿਲਕੁਲ, ਜਿਹੜੇ ਸਮੇਂ ਦੇ ਨਾਲ ਪਰੇ ਹੋ ਗਏ ਆ, ਪਰੇ ਹੋ ਗਏ। ਮੈਂ ਬਹੁਤ ਸਾਰੇ ਘੁਮਿਆਰ ਭਾਈਚਾਰੇ ਦੇ ਲੋਕਾਂ ਨੂੰ ਜਾਂ ਜਿਹੜੇ ਮੂਰਤੀ ਘਾੜਿਆਂ ਨੂੰ ਮਿਲ ਕੇ ਮੁਲਾਕਾਤਾਂ ਕੀਤੀਆਂ, ਉਹ ਕਹਿੰਦੇ ਆ ਵੀ ਜਿਹੜੇ ਸਾਡੇ ਨਿਆਣੇ ਆ ਨਾ, ਉਹ ਇਹ ਸੋਚਦੇ ਆ ਵੀ ਹੁਣ ਇਹਨਾਂ ਕੰਮਾਂ 'ਚ ਕੁਛ ਨਹੀਂ ਪਿਆਗਾ। ਔਰ ਸਹੀ ਵੀ ਹੈ, ਗੱਲ ਵੀ ਸਹੀ ਹੈ, ਕਿਉਂਕਿ ਸਮਾਂ ਬਦਲ ਗਿਆ। ਅੱਗੇ ਘੜੇ ਹੁੰਦੇ ਸੀ, ਤੇ ਮੇਰੀ ਮਾਤਾ ਨੇ ਨਾ 2 ਘੜੇ ਲੈਣੇ ਹਰ ਗਰਮੀ 'ਚ, ਅੱਛਾ ਜੀ, ਤੇ ਫਿਰ ਉਹਦੇ ਆਲੇ ਦੁਆਲੇ ਨਾ ਗਿੱਲੀ ਬੋਰੀ ਬੰਨ ਕੇ ਰੱਖਣੀ ਜਾਂ ਰੇਤੇ ਦੇ ਵਿੱਚ ਰੱਖਣੀ, ਉਹ ਪਾਣੀ ਇੰਨਾ ਠੰਡਾ ਰਹਿਣਾ, ਨਾਲੇ ਤਾਂ ਫਿਲਟਰ ਹੋ ਜਾਂਦਾ ਸੀ ਆਪੇ। ਅਸੀਂ ਅੱਜ ਵੀ ਉਹ ਪਾਣੀ ਪੀਂਦੇ। ਬਹੁਤ ਵਧੀਆ ਗੱਲ। ਹੁਣ ਤਾਂ ਜਿਹੜੀਆਂ ਪਲਾਸਟਿਕ ਦੀਆਂ ਜਿਹੜੀਆਂ ਰਬੜ ਦੀਆਂ ਬੋਤਲਾਂ ਆ ਗਈਆਂ, ਤੇ ਉਹ ਜਿਹੜੇ ਵਾਟਰ ਕੂਲਰ ਆ ਗਏ ਆ, ਉਹ 'ਚ ਟੂਟੀ ਮਰੋੜੋ, ਕੰਨ ਮਰੋੜੋ, ਉਹਦਾ ਤੇ ਪਾਣੀ ਬਾਹਰ, ਇਹ ਨਾ ਸਾਰਾ ਕੁਝ ਹੀ ਬਦਲ ਗਿਆ। ਨਹੀਂ, ਬਿਲਕੁਲ ਸਹੀ ਕਹਿ ਰਹੇ, ਪਰ ਜੋ ਵੀ ਹੈ, ਜੋ ਸਵਾਦ ਘੜੇ ਦੇ ਪਾਣੀ ਦਾ ਨਾ, ਉਹ ਕਿਤੋਂ ਨਹੀਂ ਮਿਲਦਾ। ਖੋਏ ਵਰਗਾ ਪਾਣੀ, ਬਿਲਕੁਲ ਕਮਾਲ ਸੀ, ਬਿਲਕੁਲ। ਪਰ ਜਿਹੜੀ ਮੈਂ ਗੱਲ ਕਰਨੀ ਆ ਨਾ, ਉਹ ਮੈਂ ਭੁੱਲ ਨਾ ਜਾਵਾਂ, ਤੁਸੀਂ ਦੱਸੋ ਕਿਹੜੀ ਸੀ। ਉਹ ਜਿਵੇਂ ਇੱਕ ਬੰਦਾ ਸੀਗਾ, ਕਹਿੰਦਾ ਮੇਰੇ 'ਚ ਨਾ 2 ਸਮੱਸਿਆ ਵਾ, ਕਹਿੰਦਾ ਮੈਂ 2 ਗੱਲਾਂ ਮੇਰੇ 'ਚ ਬਹੁਤ ਵੱਡੇ ਐਬ ਆ। ਅੱਛਾ ਜੀ। ਕਹਿੰਦਾ ਕਿਹੜੇ ਕਿਹੜੇ? ਕਹਿੰਦਾ ਇੱਕ ਤਾਂ ਮੈਂ ਗੱਲ ਬਹੁਤ ਛੇਤੀ ਭੁੱਲਦਾ। ਅੱਛਾ। ਦੂਜਾ ਕਹਿੰਦਾ ਉਹ ਮੈਂ ਭੁੱਲ ਗਿਆ। ਨਹੀਂ ਕੋਈ ਗੱਲ, ਮੈਂ ਤੁਹਾਨੂੰ ਨਹੀਂ ਭੁੱਲਣ ਦਿੰਦੀ। ਆਪਾਂ ਬੜੀ ਇੰਪੋਰਟੈਂਟ ਗੱਲ, ਬੜੀ ਜ਼ਰੂਰੀ ਗੱਲ, ਮਹੱਤਵਪੂਰਨ ਗੱਲ ਕਰਨ ਲੱਗੇ ਸੀ। ਆਪਾਂ ਗੱਲ ਕਰਨੀ ਸੀ ਉਜੈਨ ਦੀ। ਉਜੈਨ ਦੀ? ਹਾਂ। ਉਜੈਨ ਦੇ ਵਿੱਚ ਭਾਈ ਗਧਿਆਂ ਦਾ ਮੇਲਾ ਲੱਗਿਆ, ਗਧਿਆਂ ਦਾ ਮੇਲਾ ਲੱਗਿਆ, ਖਬਰਾਂ ਬਣ ਗਈਆਂ, ਤੇ ਗਧਿਆਂ ਦੇ ਉੱਤੇ ਜੋ ਜੋ ਲਿਖਿਆ ਸੀ, ਜੇ ਕਿਤੇ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿਆਂ ਜਾਂ ਫੋਟੋਆਂ ਦਿਖਾ ਦਿਆਂ, ਤੁਸੀਂ ਕਹੋਗੇ ਯਾਰ ਗਧਿਆਂ ਦੇ ਨਾਲ ਇਦੋਂ ਵੀ ਭੈੜੀ ਕਰਦੇ ਆ, ਉਹ ਤਾਂ ਪਹਿਲਾਂ ਗਧੇ ਵਿਚਾਰੇ। ਦੱਸ ਦੋ, ਜਿਹੜੇ ਬੰਦਿਆਂ ਨੇ ਗਧਿਆਂ ਵਾਲੇ ਕੰਮ ਕੀਤੇ ਆ, ਉਹਨਾਂ ਬੰਦਿਆਂ ਦੇ ਨਾਂ ਉਹਨਾਂ ਗਧਿਆਂ ਤੇ ਲਿਖੇ ਆ। ਨਹੀਂ, ਪਰ ਮੈਂ ਕਹਿੰਦੀ ਆ ਸਰ, ਅੱਛਾ ਇੱਕ ਚੀਜ਼ ਪਹਿਲਾਂ ਹੀ ਕਲੀਅਰ ਕਰ ਦਿਆਂ, ਲੋਕਾਂ ਨੇ ਗਧਿਆਂ ਦੇ ਉੱਤੇ ਲਿਖਿਆ GST।
ਅਸਲ 'ਚ ਜਿਹੜੇ ਇੱਥੇ ਗਧੇ ਵਿਕਣ ਆਉਂਦੇ ਆ ਨਾ, ਮੇਲਾ ਲੱਗਦਾ ਜਿਹੜਾ ਦੋ ਤਿੰਨ ਦਿਨ ਦੇ ਲਈ ਲੱਗਦਾ, ਉਹਨਾਂ ਗਧਿਆਂ ਦੇ ਉੱਤੇ ਲੋਕ ਨਾਂ ਲਿਖਦੇ ਆ, ਰੰਗ ਬਿਰੰਗੇ ਬਣਾ ਲੈਂਦੇ ਗਧੇ, ਕੰਨਾਂ ਨੂੰ ਹੋਰ ਰੰਗ, ਪੂਛ ਨੂੰ ਹੋਰ ਰੰਗ, ਹਿਣਕਣਾ ਉਵੇਂ ਹੀ ਆ, ਉਹ ਰੰਗ ਬਿਰੰਗਾ ਨਹੀਂ ਹੁੰਦਾ, ਤੇ ਉਹਨਾਂ ਨੇ ਨਾ ਉੱਤੇ ਲਿਖਿਆ ਹੁੰਦਾ GST, ਇੱਕ ਤੇ ਮਹਿੰਗਾਈ ਲਿਖਤਾ, ਇੱਕ ਤੇ ਫਲਾਣਾ। ਇਹ ਅਸਲ 'ਚ ਪ੍ਰਤੀਕ ਆ ਵੀ ਸਾਡੀਆਂ ਸਰਕਾਰਾਂ ਨੇ ਸਾਡੇ ਲੋਕਾਂ ਨੇ ਗਧਿਆਂ ਵਾਲੇ ਕੰਮ ਕੀਤੇ ਆ, ਤੇ ਗਧੇ ਵੀ ਸ਼ਰਮਿੰਦੇ ਹੋ ਜਾਣ ਇਹੋ ਜਿਹੇ ਕੰਮ। ਬਿਲਕੁਲ ਸਹੀ ਗੱਲ ਆ। ਇੱਕ ਜੋੜਾ ਵਿਖਿਆ ਗਧਿਆਂ ਦਾ, ਗਧਾ ਗਧੀ ਹੋਣੇ ਸ਼ਾਇਦ, 11,000 ਰੁਪਏ ਦਾ। ਕੀ ਖਾਸ ਸੀ ਉਹਨਾਂ 'ਚ? ਉਹਨਾਂ ਦੇ ਉੱਤੇ ਲਿਖੇ ਸੀ ਦੋ ਨਾਂ, ਕਿਹਦੇ ਕਿਹਦੇ? ਇੱਕ ਤੇ ਲਿਖਿਆ ਸੀ ਗੁਰਮੀਤ ਰਾਮ ਰਹੀਮ, ਇੱਕ ਤੇ ਲਿਖਿਆ ਸੀ ਹਨੀਪ੍ਰੀਤ। ਮੈਂ ਫੋਟੋਆਂ ਦੇਖੀਆਂ, ਮੈਂ ਐਵੇਂ ਨਹੀਂ ਕਹਿੰਦਾ, ਵੀਡੀਓ ਹੁੰਦੀ ਤਾਂ ਆਪਾਂ ਵਿੱਚ ਚਲਾ ਦਿੰਦੇ। ਆਪਾਂ ਫੋਟੋ ਦਿਖਾ ਸਕਦੇ ਹਾਂ, ਫੋਟੋ ਦੇਖ ਲਓ ਮਰਜ਼ੀ। ਹਾਂ, ਆਪਾਂ ਪਹਿਲਾਂ ਫੋਟੋ ਦੇਖ ਲਈਏ, ਬਾਕੀ ਗੱਲ ਫਿਰ ਕਰਦੇ ਹਾਂ। ਦੇਖ ਲਓ ਹੁਣ ਸਾਡੀ ਗੱਲ ਦੀ ਪੁਸ਼ਟੀ ਹੋ ਚੁੱਕੀ, ਬਿਲਕੁਲ ਹੋ ਗਈ ਵੀ ਅਸੀਂ ਇਹ ਮਨ ਘੜੰਤ ਘੜੰਤ ਨਹੀਂ ਘੜਤ, ਮੈਂ ਤਾਂ ਹੀ ਉੱਥੇ ਰੁਕ ਗਈ ਸੀ, ਮੈਨੂੰ ਲੱਗਿਆ ਸੀ ਕੁਝ ਗਲਤ ਕਹਿਤਾ ਮੈਂ। ਮਨ ਘੜਤ ਗੱਲਾਂ ਨਹੀਂ ਕਰਦੇ ਅਸੀਂ, ਬਿਲਕੁਲ ਵਿਦ ਪ੍ਰੂਫ ਸਮੇਤ ਸਬੂਤ, ਸਮੇਤ ਸਬੂਤ ਗੱਲ ਕਰਦੇ ਆ ਕਿ। ਪਰ ਨਹੀਂ ਸਰ, ਮੈਂ ਇੱਕ ਚੀਜ਼ ਤੋਂ ਨਾਰਾਜ਼ ਆ। ਮੇਰੇ ਹਿਸਾਬ ਦੇ ਨਾਲ ਉਹ ਬੇਜ਼ੁਬਾਨ ਜਾਨਵਰ ਜਿਹੜੇ ਨੇ, ਉਹ ਮੈਂ ਜਿਵੇਂ ਹਮੇਸ਼ਾ ਜਾਨਵਰ ਬੇਜ਼ੁਬਾਨ ਹੀ ਹੁੰਦੇ ਆ। ਮੇਰੇ ਨਾ ਕਈ ਮਿੱਤਰ ਆ, ਉਹ ਕਹਿਣਗੇ ਬੇਫਜ਼ੂਲ ਗੱਲ ਕੀਤੀ। ਮੈਂ ਕਹਿੰਦਾ ਜਦੋਂ ਫਜ਼ੂਲ ਆ ਉਹਦੇ ਮੂਹਰੇ ਬੇ ਲਾਉਣ ਦੀ ਲੋੜ ਨਹੀਂ। ਕਈ ਲੋਕ ਲਿਖਦੇ ਹੁੰਦੇ ਆ ਬਾਵਜੂਦ ਵੀ, ਉਹਨਾਂ ਨੇ ਆਹ ਕੀਤਾ, ਮੈਂ ਕਹਿੰਦਾ ਵੀ ਲਾਉਣ ਦੀ ਲੋੜ ਨਹੀਂ, ਬਾਵਜੂਦ ਦੇ ਵਿੱਚ ਵੀ ਆਪੇ ਆ ਜਾਂਦਾ, ਇਸ ਦੇ ਬਾਵਜੂਦ ਉਹਨਾਂ ਆਹ ਕੰਮ ਕੀਤਾ। ਇਨਸਾਨ ਕਰਦੇ ਨੇ ਨਾ, ਜਿਹੜੀਆਂ ਮਾੜੀਆਂ ਕਰਤੂਤਾਂ ਦੀ ਮੈਂ ਗੱਲ ਕਰ ਰਹੀ ਹਾਂ। ਹੋਰ ਦੱਸਦਾ, ਕਰਤੂਤ ਮਾੜੀ ਹੁੰਦੀ ਆ। ਆਪਾਂ ਕਹਿੰਦੇ ਕਿਤੇ ਕਹਿੰਦੇ ਆ ਵੀ ਉਹਨੇ ਬਹੁਤ ਵਧੀਆ ਕਰਤੂਤ ਕੀਤੀ ਬਾਈ, ਆਪਾਂ ਕਹਿੰਦੇ ਆ ਵੀ ਉਹਨੇ ਬਹੁਤ ਵਧੀਆ ਕੰਮ ਕੀਤਾ। ਬਿਲਕੁਲ ਨਹੀਂ, ਜਿਹੜੀਆਂ ਕਰਤੂਤਾਂ ਗੁਜਰਾਤ ਦੇ ਵਿੱਚ ਨਾ ਇੱਕ ਪਾਰਕ ਆ, ਉਸ ਪਾਰਕ ਨੂੰ ਗਧਿਆਂ ਵਾਲਾ ਪਾਰਕ ਵੀ ਕਹਿੰਦੇ ਆ, ਤੇ ਅਮਿਤਾਭ ਬੱਚਨ ਸਾਹਿਬ ਨੇ ਉਸ ਪਾਰਕ ਦੀ ਇਸ਼ਤਿਹਾਰਬਾਜ਼ੀ ਕੀਤੀ ਸੀ ਟੀਵੀ ਚੈਨਲਾਂ ਤੇ। ਬਾਈ ਔਰ ਬਹਿਣੋ, ਦੇਵੀ ਔਰ ਸੱਜਣੋ, ਯਹਾਂ ਬਹੁਤ ਖੂਬਸੂਰਤ ਗਧੇ ਰਹਿਤੇ ਹੈ, ਗਧੋਂ ਕਾ ਯਹਾਂ ਮੇਲਾ ਲੱਗਤਾ ਹੈ। ਮੈਂ ਕਿਹਾ ਦੇਖੋ, ਇੰਨੇ ਵੱਡੇ ਮਹਾਨ ਕੱਦ ਵਾਲਾ ਵਿਅਕਤੀ ਤੇ ਗਧਿਆਂ ਦੀ ਬਾਤ ਪਾਉਂਦਾ, ਇਹ ਤਾਂ ਮਹਾਨ ਗੱਲ ਉਸ ਤੋਂ ਵੀ ਹੋ ਗਈ ਨਾ। ਉਸ ਤੋਂ ਵੀ ਮਹਾਨ ਗੱਲ ਵੀ ਗਧਿਆਂ ਦਾ ਪ੍ਰਚਾਰ ਵੀ, ਬੰਦਿਆਂ ਦਾ ਹੋਵੇ ਨਾ ਹੋਵੇ, ਆਪਾਂ ਦੇਖੋ ਜਿਹੜੇ ਸੁਪਰ ਸਟਾਰ ਕਹਿੰਦੇ ਆ ਉਹ ਗਧਿਆਂ ਦਾ ਪ੍ਰਚਾਰ ਕਰਨ। ਬਿਲਕੁਲ ਸਹੀ ਗੱਲ ਹੈ। ਉਹਦੀ ਹਾਜ਼ਰ ਹੈ ਜੱਜ ਦਾ ਵਿਚਾਰ। Prime Asia TV ਨੂੰ ਤੁਸੀਂ ਹੁਣ ਇੰਡੀਆ ਵਿੱਚ ਵੀ ਦੇਖ ਸਕਦੇ ਹੋ Amazon Fire Stick ਦੇ ਜ਼ਰੀਏ। Watch us worldwide on Yap TV, Apple TV, Smart TV, Xbox, PS4, Amazon Fire Stick, Roku and other platforms. ਜਾਂ ਤੁਸੀਂ ਆਪਣੇ Apple ਜਾਂ Android phone ਵਿੱਚ ਸਾਡੀ ਐਪ ਵੀ ਡਾਊਨਲੋਡ ਕਰ ਸਕਦੇ ਹੋ, ਤੇ ਸਭ ਤੋਂ ਜ਼ਰੂਰੀ ਸਾਡਾ YouTube ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। Prime Asia TV, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ। ਹੁਣ ਤੁਹਾਡੀ ਕਚਹਿਰੀ ਦੇ ਵਿੱਚ ਮੈਂ ਦੋ ਨਾਂ ਰੱਖਾਂਗੀ। ਅੱਛਾ, ਤੁਸੀਂ ਮੈਨੂੰ ਦੱਸਣਾ ਵੀ ਤੁਸੀਂ ਉਹਨਾਂ ਨੂੰ ਜਾਣਦੇ ਹੋ। ਅੱਛਾ, ਕਿਹੜੇ ਕਿਹੜੇ ਨਾਂ? ਪਹਿਲਾ ਨਾਂ ਹੈਗਾ ਢਿੰਚਕ ਪੂਜਾ। ਮੇਰੇ ਨਾ ਜਜ਼ਬਾਤ ਆ ਜਿਹੜੇ ਉਹ ਭੜਕ ਰਹੇ ਆ। ਕਰ ਲੈ, ਮੈਨੂੰ ਪਤਾ ਲੱਗ ਗਿਆ। ਮੈਨੂੰ ਦੇਖ ਮੈਂ ਕੀ ਕਵਾਂ, ਫੇਸ ਐਕਸਪ੍ਰੈਸ਼ਨਸ ਤਾਂ ਪਤਾ ਲੱਗ ਗਿਆ ਸੀ ਤੁਸੀਂ ਕਿਹਾ। ਵੀ ਦੇਖ ਲੋ ਕੋਈ, ਉਹ ਮਹਾਨ ਸ਼ਖਸ ਕਿਹੜਾ ਉਹ? ਉਹ ਤਾਂ ਮਹਾਨ ਸ਼ਖਸ ਐਸਾ ਸ਼ਖਸ ਆ ਵੀ ਨਾ, ਮਤਲਬ ਕੀ ਮੈਂ ਕਵਾਂ, ਸੱਚੀ ਕਿਤੇ ਮੇਰਾ ਵਾਸ ਨਹੀਂ ਚੱਲਦਾ। ਕੀ ਨਾਮ ਉਹਦਾ? ਸਵਾਮੀ ਓਮ, ਜਿਹੜਾ ਜੁੱਤੀਆਂ ਦਾ ਯਾਰ ਆ, ਜਿਹੜਾ ਇਹ ਜੰਮਿਆ ਹੀ ਛਿੱਤਰ ਖਾਣ ਨੂੰ ਆ, ਇਹਦੇ ਕਿੱਥੇ ਨਹੀਂ ਛਿੱਤਰ ਪੈਂਦੇ। ਇਹ ਬਿਗ ਬੌਸ ਸ਼ੋ 'ਚ ਗਿਆ ਸੀ, ਜਿਵੇਂ ਸੁੱਖ ਵਾਲਾ ਬੱਕਰਾ ਗੋਡਿਆਂ ਥੱਲੇ ਰੱਖਿਆ ਹੁੰਦਾ ਉੱਥੇ ਢਾ ਲੈਂਦੇ ਸੀ ਇਹਨੂੰ, ਬਾਹਰ ਜਾਂਦਾ ਕਿਸੇ ਬੁੜੀ ਕੁੜੀ ਦੇ ਬਾਰੇ ਕੁਛ ਬੋਲਦਾ ਨਾ ਬੋਦੇ ਫੜ ਲੈਂਦੇ ਕਹਿੰਦੇ। ਉਹ ਤੂੰ ਭਾਈ ਕੀ ਕਰਦਾ ਫਿਰਦਾ, ਅਜੀਬ ਗੱਲ ਮੂੰਹ 'ਚੋਂ ਕੱਢੂ, ਇਹਦੀ ਜੀਭ ਇੰਨੀ ਗਿੱਲੀ ਹੈ ਤਿਲਕਦੀ ਰਹਿੰਦੀ ਹੈ। ਬਿਲਕੁਲ ਸਹੀ ਕਹਿ ਰਹੇ ਹੋ, ਇਹ ਮੈਂ ਸਮਝ ਨਹੀਂ ਆਉਂਦੀ। ਮੈਂ ਉਸ ਬੰਦੇ ਤੋਂ ਬਹੁਤ ਜ਼ਿਆਦਾ, ਮਤਲਬ ਮੈਨੂੰ ਪ੍ਰਭਾਵਿਤ ਨਾ ਕਰਿਓ, ਜ਼ਿਆਦਾ ਇਰੀਟੇਸ਼ਨ ਹੁੰਦੀ ਆ ਨਾ, ਮੈਂ ਤੁਹਾਨੂੰ ਦੱਸ ਰਹੀ ਹਾਂ। ਅੱਕਦੇ ਆ ਤੁਸੀਂ ਉਹਦੇ ਬਹੁਤ ਜ਼ਿਆਦਾ, ਖਿਜ ਆਉਂਦੀ ਤੁਹਾਨੂੰ, ਮਤਲਬ ਸ਼ਕਲ ਦੇਖ ਕੇ। ਪਰ ਜਿਵੇਂ ਤੁਸੀਂ ਕਿਹਾ ਨਾ, ਮੈਂ ਉਸ ਬੰਦੇ ਤੋਂ ਬਹੁਤ ਜ਼ਿਆਦਾ, ਮੈਂ ਕਹਿੰਦੀ ਪ੍ਰਭਾਵਿਤ ਨਹੀਂ, ਇਦਾਂ ਦੀਆਂ ਸ਼ਖਸੀਅਤਾਂ ਤੋਂ ਮੈਂ ਪ੍ਰਭਾਵਿਤ ਨਹੀਂ ਹੋਣਾ ਚਾਹੁੰਦੀ। ਅੱਛਾ, ਇਹ ਦੋਵੇਂ ਹੁਣ ਤੁਸੀਂ ਵੇਖੋ ਕੀ ਕਹਿੰਦੇ ਹੁੰਦੇ, ਅੰਨੇ ਦਾ ਗਵਾਹ ਡੱਡੂ, ਹਨਾ, ਖਵਾਜੇ ਦਾ ਗਵਾਹ, ਖਵਾਜੇ ਦਾ, ਸੋਰੀ ਸੋਰੀ, ਮਾਫ ਕਰਨਾ ਮਾਫ ਕਰਨਾ, ਖਵਾਜੇ ਦਾ ਗਵਾਹ ਡੱਡੂ, ਹਨਾ। ਨਹੀਂ,
ਅੰਨਿਆ ਚ ਕਾਣਾ ਰਾਜਾ। ਹਾਂ ਇਹ ਗੱਲ ਸਹੀ, ਇਹ ਬਿਲਕੁਲ ਸਹੀ ਸੀ। ਜਿੱਥੇ ਰੁੱਖ ਨਾ ਹੋਵੇ ਉੱਥੇ ਰਿੰਡ ਪ੍ਰਧਾਨ। ਸਵਾਮੀ ਓਮ ਕਹਿੰਦਾ ਹੈ ਵੀ ਢਿੰਚਕ ਪੂਜਾ ਮਤਲਬ ਮੇਰੀ ਹੀ ਇੱਕ ਸਮਾਜ ਨੂੰ ਦੇਣ ਹੈ ਕਿ ਮੇਰੀ ਬਦੌਲਤ ਹੀ ਇੱਥੇ। ਕਿੰਨੀ ਮਹਾਨ ਦੇਣ ਆ ਤੇਰੀ, ਜਿਹੋ ਜੀ ਕੋਕੋ ਉਹੋ ਜੇ ਬੱਚੇ, ਤੇਰੀ ਦੇਣ ਤੇ ਵੀ ਸਦਕੇ ਜਾਵਾ। ਅੱਛਾ ਉਹ ਕਹਿੰਦਾ ਨਾ ਹੁਣ ਇਹ ਅਸਲ ਦੇ ਵਿੱਚ ਜਿਹੜੀ ਇਹ ਢਿੰਚਕ ਪੂਜਾ ਇਹ ਬੰਦਾ ਨਾ ਡਿੰਗ ਡੋਂਗ ਕਰਦਾ ਫਿਰਦਾ, ਟਿਚਕ ਢੋਲੇ ਖਾਂਦਾ ਫਿਰਦਾ। ਇੱਕ ਉਹ ਗਾਣਾ ਉਹਦਾ ਦਿਲੋਂ ਕਾ ਸ਼ੂਟਰ ਹੈ ਮੇਰਾ ਸਕੂਟਰ। ਹਾਂ ਦੇਖੋ ਦਿਲ ਕਾ ਸ਼ੂਟਰ ਸਕੂਟਰ ਬੂਟਰ ਝੂਟਰ ਇਹੋ ਜਿਹੇ ਗਾਣੇ ਨਾ ਜਿਹੜਾ ਬੰਦਾ ਜੰਗਲ ਪਾਣੀ ਗਿਆ 3600 ਲਿਖ ਦੇਵੇ। ਤੇ ਇਹ ਕਹਿੰਦੇ ਅਸੀਂ ਬੜੀ ਮਹਾਨ ਰਚਨਾ ਕੀਤੀ। ਇੱਕ ਵਾਰੀ ਬਾਬੂ ਸਿੰਘ ਮਾਨ ਬੜੇ ਮਹਾਨ ਗੀਤਕਾਰ ਆ, ਉਹਨਾਂ ਦੇ ਕੋਲੇ ਨਾ ਇੱਕ ਚਲਾ ਗਿਆ ਗਾਇਕ ਯੋ ਸ਼ਾਕਾ ਬਾਕਾ ਬੂ ਕਰਨ ਵਾਲਾ, ਠੀਕ ਆ। ਉਹਦੇ ਕੰਨਾਂ 'ਚ ਕੁੰਡਲ ਜੇ ਪਾਏ, ਸਿਰ 'ਤੇ ਜਿਵੇਂ ਕੰਧੋਲੀ 'ਤੇ ਪਾਏ ਹੁੰਦੇ, ਬੋਤੇ ਦੀ ਪਿੱਠ 'ਤੇ ਜਿਵੇਂ ਡਿਜ਼ਾਇਨ ਜਿਹੇ ਹੁੰਦੇ ਆ, ਇਹੋ ਜਿਹੇ ਕਾਟੇ ਬਾਟੇ 'ਚ ਪਾਏ। ਉਹ ਕਹਿੰਦਾ ਬਾਪੂ ਜੀ ਸਾਨੂੰ ਵੀ ਗਾਣਾ ਦੇ ਦਿਓ। ਉਹ ਅਖਬਾਰ ਪੜ੍ਹੀ ਜਾਂਦੇ ਸੀ, ਕਹਿੰਦੇ ਆ ਲੈ ਕੋਈ ਖਬਰ ਗਾ ਲਾ, ਤੇਰੇ ਗਾਣੇ ਇਹੋ ਜਿਹੇ ਹੁੰਦੇ ਆ। ਇਹ ਢਿੰਚਕ ਪੂਜਾ ਵੀ ਦੇ ਗਾਣੇ ਇਹੋ ਜਿਹੇ ਹੁੰਦੇ ਆ। ਓਹ ਮਾਈ ਗੋਡ, ਇਸ ਕਰਕੇ ਨਾ ਹੁਣ ਜਿਹੜਾ ਸਵਾਮੀ ਓਮ ਆ ਉਹ ਕਹਿੰਦਾ ਵੀ ਇਹ ਮੇਰੇ ਕੋਲੇ ਆਉਂਦੀ ਸੀ, ਮੇਰੇ ਆਸ਼ੀਰਵਾਦ ਨਾਲ ਇੱਥੋਂ ਤੱਕ ਪਹੁੰਚੀ ਆ, ਵੀ ਜੇ ਤੇਰੇ 'ਚ ਇੰਨਾ ਆਸ਼ੀਰਵਾਦ ਆ ਤੇਰੇ ਛਿੱਤਰ ਕਿਉਂ ਪੈਂਦੇ ਆ। ਪਰ ਉਹ ਹਰਮਨ ਚੀਮਾ ਦੇਖੋ ਸਾਰੇ ਬੰਦੇ ਆ ਨਾ ਜਿਹੜੇ, ਬਹਾਦਰ ਸਿੰਘ ਬਹਾਦਰ ਹੋਵੇ ਗਰੰਟੀ ਨੀ, ਠੀਕ ਆ, ਮਿੱਠਾ ਸਿੰਘ ਮਿੱਠੇ ਸੁਭਾਅ ਵਾਲਾ ਹੋਵੇ ਇਹ ਵੀ ਜ਼ਰੂਰੀ ਨਹੀਂ, ਤੇ ਸਾਰੇ ਹਰਮਨ ਵੀ ਇੱਕੋ ਜਿਹੇ ਨਹੀਂ ਹੁੰਦੇ ਨਾ। ਇਸ ਕਰਕੇ ਮਾਨ ਰੱਖ ਗਏ ਹੋ ਬਾਕੀ ਗੱਲਾਂ ਦੀਆਂ ਗੱਲਾਂ, ਇਹ ਜਿਹੜਾ ਲਪੇਟ ਕੇ ਮਾਨ ਰੱਖਿਆ ਨਾ ਮੇਰਾ, ਜਿਹੜੇ ਉਹ ਹੈਗੇ ਆ ਹਾਂਜੀ ਢਿੰਚਕ ਪੂਜਾ ਜਾਂ ਸਵਾਮੀ ਓਮ, ਇਹਨਾਂ ਦੇ ਵਿੱਚ ਕੋਈ ਗੱਲਬਾਤ ਨਹੀਂ ਗੀ। ਇਹ ਅਸਲ ਦੇ ਵਿੱਚ ਨਾ ਸਾਡੇ ਸਮਾਜ ਦੇ ਵਿੱਚ ਚੰਗਾ ਕੰਮ ਕਰਕੇ ਹੁਣ ਘੱਟ ਮਸ਼ਹੂਰੀ ਮਿਲਦੀ ਹੈ, ਮਾੜੇ ਵਾਲੇ ਨੂੰ ਛੇਤੀ ਮਸ਼ਹੂਰ ਕਰ ਦਿੰਦੇ। ਬਿਲਕੁਲ ਬਿਲਕੁਲ ਸਹੀ, ਇਸ ਕਰਕੇ ਅੱਜ ਹਰ ਬੰਦੇ ਨੂੰ ਸਵਾਮੀ ਓਮ ਦਾ ਵੀ ਪਤਾ ਤੇ ਢਿੰਚਕ ਪੂਜਾ ਦਾ ਵੀ ਪਤਾ। ਬਿਲਕੁਲ ਸਹੀ। ਹਰਮਨ ਜੀ ਬਜ਼ੁਰਗ ਆ ਜਿਹੜੇ, ਹਾਂਜੀ, ਉਹ ਸਾਡਾ ਸਰਮਾਇਆ। ਬਿਲਕੁਲ। ਤੇ ਤੁਹਾਡੇ ਖਿਆਲ ਦੇ ਮੁਤਾਬਕ ਅੱਜ ਦੀ ਤਰੀਕ ਦੇ ਵਿੱਚ ਵੱਧ ਤੋਂ ਵੱਧ ਬੰਦੇ ਦੀ ਉਮਰ ਕਿੰਨੀ ਕੁ ਹੁੰਦੀ ਹੈ? ਜੇ ਤਾਂ ਮੈਂ ਭਾਰਤ ਦੇ ਹਿਸਾਬ ਨਾਲ ਤੁਹਾਨੂੰ ਦੱਸਾਂ ਜਾਂ ਪੰਜਾਬ ਦੇ ਹਿਸਾਬ ਨਾਲ ਤੁਹਾਨੂੰ ਦੱਸਾਂ ਤਾਂ ਇਹ ਉਮਰ ਬਹੁਤ ਘੱਟ ਗਈ ਹੈ। ਕਿੰਨੀ? ਕਿਉਂਕਿ ਇੱਕ ਤਾਂ ਸਾਡਾ ਖਾਣ ਪੀਣ ਉਦਾਂ ਦਾ ਨਹੀਂ ਰਹਿ ਗਿਆ ਜਿਵੇਂ ਪਹਿਲਾਂ ਸੀਗਾ, ਇੱਕ ਮਿਹਨਤਾਂ ਨਹੀਂ ਰਹਿ ਗਈਆਂ, ਵਰਜਿਸ਼ ਹੈ ਨਹੀਂ, ਬਿਲਕੁਲ ਹਵਾ 'ਚ ਸ਼ੁੱਧਤਾ ਹੈ ਨਹੀਂ, ਪਾਣੀ ਗੰਧਲੇ ਆ, ਹਰ ਚੀਜ਼ ਮਿਲਾਵਟੀ ਆ, ਕਿਹੜੀ ਚੀਜ਼ ਆ ਜਿਹੜੀ ਸ਼ੁੱਧ ਮਿਲਦੀ ਆ? ਜੇ ਕੋਈ ਬਜ਼ੁਰਗ 80ਆਂ ਨੂੰ ਵੀ ਪਹੁੰਚ ਰਹੇ ਬਹੁਤ ਵੱਡੀ ਗੱਲ ਆ। ਪੰਜਾਬ ਦੇ ਵਿੱਚ 114 ਸਾਲ ਦੀ ਮਾਤਾ ਹੈ, 5 ਪੀੜ੍ਹੀਆਂ ਉਹਦੀਆਂ, 85 ਮੈਂਬਰ ਆ ਉਹਦੇ। ਮਾਈ ਗੋਡ। ਕਲਾਨੌਰ ਕਸਬੇ ਦੇ ਵਿੱਚ ਪਿੰਡ ਆ ਮੱਲੀਆਂਵਾਲ। ਅੱਛਾ ਜੀ। ਚਰਨ ਕੌਰ ਮਾਤਾ ਜੀ ਉੱਥੇ ਰਹਿੰਦੇ ਆ। ਕਿਆ ਬਾਤ ਹੈ। ਦੇਖੋ ਇਹ ਜਿਹੜੇ ਨਾ ਬਜ਼ੁਰਗ ਆ, ਮੇਰਾ ਦਿਲ ਕਰਦਾ ਵੀ ਮਾਤਾ ਜੀ ਨੂੰ ਕਦੇ ਮਿਲ ਕੇ ਆਈਏ। ਜ਼ਰੂਰ, ਮੈਂ ਵੀ ਇਹੀ ਕਹਿ ਰਹੀ ਸੀ। ਮਾਤਾ ਜੀ ਬੋਲਦੇ ਵੀ ਵਧੀਆ, ਦਿਸਦਾ ਵੀ ਵਧੀਆ, ਪਰ ਸੁਣਦਾ ਥੋੜਾ ਜਿਹਾ ਘੱਟ ਆ ਹੁਣ। ਹਾਂ ਉਹ ਤਾਂ ਉਮਰ ਦਾ ਤਕਾਜ਼ਾ। ਠੀਕ ਨਾ, ਜਿਹੜੇ ਨਿਆਣੇ ਉਹਨਾਂ ਦੇ ਉਹ ਵੀ ਬਹੁਤ ਵੱਡੀਆਂ ਉਮਰਾਂ ਦੇ ਹੋ ਗਏ ਹੁਣ ਤਾਂ, 5 ਪੀੜ੍ਹੀਆਂ। ਠੀਕ ਹੈ, ਤੇ ਦੇਖੋ 114 ਸਾਲ ਉਮਰ, ਕਦੇ ਤੁਸੀਂ ਯਕੀਨ ਮੰਨਦੇ ਹੋ ਕਿ ਸਾਡੀ ਕਦੇ ਇੰਨੀ ਉਮਰ ਹੋਊਗੀ? ਮੈਂ ਮੰਨ ਕੇ ਚੱਲਦਾ ਵੀ ਜੇ ਮੈਂ 45-50 ਸਾਲ ਕੱਢ ਗਿਆ ਬਹੁਤ ਵੱਡੀ ਗੱਲ ਹੈ, ਤਾਂ ਵੱਡੀ ਗੱਲ ਆ, ਕਿਉਂਕਿ 60 ਸਾਲ ਔਸਤਨ ਉਮਰ ਆ ਜਿਹੜੀ ਸਾਡੀ ਹੋਊਗੀ, 60-65 ਸਾਲ, ਤੇ ਜਿਹੜਾ ਇਸ ਤੋਂ ਉੱਪਰ ਜਾਂਦਾ ਆਪਾਂ ਕਹਿੰਦੇ ਹਾਂ ਵੀ ਭਾਈ ਇਹ ਤਾਂ ਬੋਨਸ ਜ਼ਿੰਦਗੀ ਹੈ ਇਹਦੀ, ਇਹ ਵਾਧੂ ਜ਼ਿੰਦਗੀ ਹੈ ਨਾ ਜਿਹੜੀ, ਉਹ ਚੰਗੇ ਕਰਮ ਕਹਿ ਲਓ ਜਾਂ ਚੰਗੀਆਂ ਖੁਰਾਕਾਂ ਕਹਿ ਲਓ। ਤੇ ਇਸ ਮਾਤਾ ਨੇ ਇਹ ਗੱਲ ਕਹੀ ਆ ਕਿ ਮੈਂ ਦੇਸੀ ਘਿਓ ਦੇ ਨਾਲ ਹਾਲੇ ਵੀ ਰੋਟੀ ਖਾਣੀ ਆ, ਆਪਣਾ ਮਾੜਾ ਮੋਟਾ ਜਿਹੜਾ ਘਰ ਦਾ ਕੰਮ ਖੁਦ ਵੀ ਕਰਦੀ ਆ। ਉਹਨੇ ਕਿਹਾ ਕਿ ਮੈਂ ਗੁਰਬਾਣੀ ਦੇ ਨਾਲ ਜੁੜੀ ਹੋਈ ਆ, ਜਿਹੜੀ ਮੈਨੂੰ ਬੁਢਾਪਾ ਪੈਨਸ਼ਨ ਮਿਲਦੀ ਆ ਉਹਦੇ ਲਈ, ਉਹਦੇ ਨਾਲ ਇੱਕ ਜਾਂ ਤਾਂ ਫਿਰ ਮੈਂ ਗੁਰਦੁਆਰੇ 'ਚ ਸੇਵਾ ਕਰਦੀ ਹਾਂ, ਜਾਂ ਫਿਰ ਮੈਂ ਗ੍ਰੰਥੀ ਸਿੰਘ ਆ ਜਿਹੜੇ ਗੁਰਦੁਆਰੇ ਦੇ, ਉਹਨਾਂ ਦੇ ਕੱਪੜੇ ਸਵਾ ਦਿੰਦੀ ਹਾਂ। ਸੋ ਇਹ ਇਸ ਬਜ਼ੁਰਗ ਔਰਤ ਦੇ ਕਾਰਜ ਨੇ, ਕੰਮ ਨੇ, ਤੇ ਮੈਨੂੰ ਇਹ ਖਬਰ ਪੜ੍ਹ ਕੇ ਬੜੀ ਖੁਸ਼ੀ ਹੋਈ, ਤੇ ਮੇਰਾ ਦਿਲ ਕਰਦਾ ਸੀ ਵੀ ਇਹ ਜਿਹੜੀ ਮਾਤਾ ਜੀ ਹੈ ਨਾ, ਇਹਨਾਂ ਦੀ ਗੱਲ ਅਸੀਂ ਜ਼ਰੂਰ ਕਰੀਏ, ਤੇ ਮੈਨੂੰ ਲੱਗਦਾ ਮੈਂ ਚੰਗੀ ਗੱਲ ਕੀਤੀ ਆ ਇਹਨੇ ਮਹਾਨ ਬਜ਼ੁਰਗ ਦੀ। ਅੰਦਰੋਂ ਇੱਕ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਹਨਾ, ਵੀ ਤੁਸੀਂ ਵੇਖੋ ਕਿੰਨੀਆਂ ਪੀੜ੍ਹੀਆਂ ਵੇਖ ਲਈਆਂ ਉਹਨਾਂ ਨੇ,
ਕੀ ਕੁਛ ਹੰਡਾਇਆ ਹੋਊਗਾ, ਕਿੰਨਾ ਤਜਰਬਾ ਹੋਊਗਾ ਜ਼ਿੰਦਗੀ ਦਾ, ਕਿੰਨਾ ਕੁਛ ਉਹਨਾਂ ਨੂੰ ਪਤਾ। ਇਹਨਾਂ ਬਜ਼ੁਰਗਾਂ ਦੀ ਇੰਟਰਵਿਊ ਕਰਨੀ ਚਾਹੀਦੀ ਹੈ। ਮੈਂ ਚਾਹੁੰਦੀ ਹਾਂ ਕਿ ਆਪਾਂ ਜ਼ਰੂਰ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਆਪਣੀ ਟੀਮ ਦੇ ਨਾਲ ਉਹਨਾਂ ਨੂੰ ਮਿਲ ਕੇ ਆਈਏ। ਦੇਖੋ ਜਿਹੜੇ ਇਹੋ ਜਿਹੇ ਬਜ਼ੁਰਗ ਆ ਨਾ, ਅਸੀਂ ਹਰ ਬੰਦੇ ਨੂੰ ਇੱਥੇ ਹਸਾ ਤਾਂ ਨਹੀਂ ਸਕਦੇ, ਬਿਲਕੁਲ, ਪਰ ਉਹਨਾਂ ਤੋਂ ਸਿੱਖ ਬਹੁਤ ਕੁਝ ਸਿੱਖ ਤਾਂ ਸਕਦੇ ਆ ਨਾ। ਕੱਲਾ ਹੱਸਣਾ ਵੀ ਕੋਈ ਜ਼ਿੰਦਗੀ ਨਹੀਂ ਤੇ ਕੱਲਾ ਰੋਣਾ ਵੀ ਕੋਈ ਜ਼ਿੰਦਗੀ ਨਹੀਂ। ਬਿਲਕੁਲ ਸਹੀ, ਬੈਠ ਕੇ ਮਿਲ ਕੇ ਵਿਚਾਰਾਂ ਦੀ ਸਾਂਝ ਪਾਈਏ, ਜ਼ਿੰਦਗੀ ਦਾ ਨਿਚੋੜ ਹਾਸਲ ਕਰੀਏ, ਇਹੀ ਤਾਂ ਪ੍ਰਾਪਤੀ। ਇੱਕ ਵੱਖਰਾ ਤਜਰਬਾ ਹੋਏਗਾ, ਸੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਆਉਂਦੇ ਦਿਨਾਂ ਦੇ ਵਿੱਚ ਉਹਨਾਂ ਨੂੰ ਜ਼ਰੂਰ ਮਿਲ ਕੇ ਆਈਏ, ਉਹਨਾਂ ਦੇ ਨਾਲ ਗੱਲਬਾਤ ਕਰੀਏ, ਵਿਚਾਰ ਸਾਂਝੇ ਕਰੀਏ, ਤਾਂ ਸਾਡਾ ਪ੍ਰੋਗਰਾਮ ਜਿਹੜਾ ਅਸਲ 'ਚ ਚੱਜ ਦਾ ਵਿਚਾਰ ਬਣੇਗਾ, ਹੈ ਨਾ। ਬਾਕੀ ਫਿਲਹਾਲ ਗੱਲਾਂ ਬਾਤਾਂ ਬਹੁਤ ਹੋ ਗਈਆਂ ਜੀ, ਤੁਹਾਨੂੰ ਫਿਰ ਤੋਂ ਮਿਲਾਂਗੇ ਕੱਲ੍ਹ ਨੂੰ ਅਸੀਂ। ਫਿਲਹਾਲ ਦੇ ਲਈ ਇਜਾਜ਼ਤ ਦਿਓ, ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਹਾਜ਼ਰ ਹੈ ਜੱਜ ਦਾ ਵਿਚਾਰ।